प्रवास बहुत ही गंभीर मुद्दा है। पंजाबी नायक शुरू तो परदेसी रहा। अजकल का प्रवास जे असी दूजे पक्ष तो देखिए उजाड़े का प्रवास हो रहा है। जिहड़ा कोई एक बार पंजाब तो चला जा रहा है वापस आने की मंशा दे नाल नहीं जा रहा। उजड़ना ते मुड़ वसना ते अपनी रोजी रोटी लई रिजक लई बेगानियां धरतियां नूं उपरियां धरतियां नूं गौणा पंजाबियों के खमीर विच आ। लंबा समा तक पंजाबी औरतों ने प्रवास नहीं किया, पंजाबी मर्दों ने प्रवास किया। हुण जिहड़ा समा ना उहो पंजाब लई बहुत उदास करन वाला कि साडी नौजवान पीढ़ी है जिहड़ी साडे बच्चे बच्चियां ने उह सानूं नज़र नहीं करदी। ਅਜਿਹੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਲੱਗਦੀਆਂ ਨੇ ਕਿ ਪੰਜਾਬਣਾਂ ਨੂੰ ਖਾਸ ਕਰਕੇ ਮੁਟਿਆਰਾਂ ਨੂੰ ਖਿੱਚ ਰਹੀਆਂ ਨੇ ਆਪਣੇ ਵੱਲ? ਖਾਸ ਤੌਰ 'ਤੇ ਜਿਹੜੀਆਂ ਬੱਚੀਆਂ ਹੁਣ ਪ੍ਰਵਾਸ ਕਰ ਰਹੀਆਂ ਨੇ ਪਲੱਸ ਟੂ ਤੋਂ ਬਾਅਦ ਆਈਲੈਟਸ ਕਰਕੇ, ਕਿ ਅਸੀਂ ਪੰਜਾਬੀ ਬਹੁਤ ਵੱਡੇ ਮਾਨਸਿਕ ਦਬੰਧ ਦਾ ਸ਼ਿਕਾਰ ਹਾਂ। ਅਸੀਂ ਆਪਣੇ ਬੱਚਿਆਂ ਦੀ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ, ਬੱਚੀਆਂ ਦੀ ਸੁਰੱਖਿਆ ਨੂੰ ਲੈ ਕੇ ਖਾਸ ਤੌਰ 'ਤੇ ਬਹੁਤ ਚਿੰਤਿਤ ਰਹਿਣ ਵਾਲੇ ਲੋਕ, ਜਿਹੜੇ ਜੇ ਬੱਚੀ ਟਿਊਸ਼ਨ ਪੜ੍ਹਨ ਵੀ ਜਾਂਦੀ ਹੈ, ਜੇ ਬੱਚੇ ਪੜ੍ਹਨ ਲਈ ਵੀ ਜਾਂਦੇ ਆ, ਅਸੀਂ ਦਰਵਾਜ਼ੇ 'ਚ ਖੜ੍ਹੇ ਰਹਿੰਦੇ ਹਾਂ। ਆਪਣੀਆਂ ਬੱਚੀਆਂ ਨੂੰ, ਖਾਸ ਤੌਰ 'ਤੇ ਬਹੁਤ ਛੋਟੀਆਂ ਬੱਚੀਆਂ ਨੂੰ ਜਿਹੜੀਆਂ ਪਲੱਸ ਟੂ ਤੋਂ ਬਾਅਦ ਬਾਹਰ ਜਾਂਦੀਆਂ ਨੇ, ਸਟੱਡੀ ਵੀਜ਼ੇ ਲੈਂਦੀਆਂ ਨੇ, ਉਹਨਾਂ ਨੂੰ ਉੱਥੇ ਉਹਨਾਂ ਨੂੰ ਕੋਈ ਜਾਣਨ ਵਾਲਾ ਵੀ ਨਹੀਂ ਹੁੰਦਾ। ਹੁਣ ਅਜਿਹੇ ਵਿਆਹ ਵੀ ਸਾਹਮਣੇ ਆਉਂਦੇ ਆ ਜਿੱਥੇ ਮਤਲਬ ਜਿੱਥੇ ਲੜਕੀ ਦਾ ਲੜਕੀ ਕਿਸ ਜਾਤ ਨਾਲ ਸੰਬੰਧ ਰੱਖਦੀ ਆ, ਪਰਿਵਾਰ ਦਾ ਸਮਾਜਿਕ ਰੁਤਬਾ ਕੀ ਆ, ਹੈ ਨਾ। ਸਾਡੀਆਂ ਬੱਚੀਆਂ ਦੂਰ ਜਾ ਰਹੀਆਂ ਨੇ ਉਸ ਕਿਸਮ ਦੇ, ਉੱਥੇ ਜਾ ਕੇ ਉਹ ਕਿਸ ਕਿਸਮ ਦੇ ਮਾਨਸਿਕ ਤਣਾਅ ਨੂੰ ਭੋਗਦੀਆਂ ਨੇ। ਸੋਸ਼ਲ ਮੀਡੀਆ 'ਤੇ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੋਈਆਂ, ਬੱਚਿਆਂ ਦੀਆਂ ਖੁਦਕੁਸ਼ੀਆਂ ਵੀ ਦੀਆਂ ਵੀ ਖਬਰਾਂ ਸਾਹਮਣੇ ਆ ਰਹੀਆਂ, ਬੱਚਿਆਂ ਦੀ ਖੁਦਕੁਸ਼ੀ ਦੀਆਂ ਖਬਰਾਂ ਸਾਹਮਣੇ ਆਈਆਂ ਕਿਉਂਕਿ ਉਹਨਾਂ ਕੋਲ ਗੱਲ ਕਰਨ ਵਾਲਾ ਕੋਈ ਨਹੀਂ ਹੈ। ਪ੍ਰਵਾਸ ਬਹੁਤ ਹੀ ਗੰਭੀਰ ਮੁੱਦਾ ਹੈ। ਪੰਜਾਬੀ ਨਾਇਕ ਸ਼ੁਰੂ ਤੋਂ ਪਰਦੇਸੀ ਰਿਹਾ। ਪ੍ਰਵਾਸ ਸਾਡੇ ਜੀਵਨ ਦਾ ਹਿੱਸਾ ਰਿਹਾ ਹੈ। ਅਸੀਂ ਘਰ ਤੋਂ ਦੂਰ ਜਾਂਦੇ ਹਾਂ, ਬੇਗਾਨੇ ਮੁਲਕ ਜਾਂਦੇ ਹਾਂ, ਜਿੱਥੋਂ ਇੱਕ ਆਸ ਹੁੰਦੀ ਹੈ ਕਿ ਕੁਝ ਖੱਟ ਕੇ ਕੁਝ ਲੈ ਕੇ ਮੁੜ ਕੇ ਆਵਾਂਗੇ। ਬਾਰੀ ਬਰਸੀ ਖੱਟਣ ਗਿਆ ਸੀ, ਕੁਝ ਖੱਟ ਕੇ ਲੈ ਕੇ ਮੁੜ ਕੇ ਆਪਣੇ ਵਤਨ ਨੂੰ ਪਰਤਣਾ ਹੁੰਦਾ ਹੈ। ਪਰ ਅੱਜ ਕੱਲ੍ਹ ਦਾ ਪ੍ਰਵਾਸ ਜੇ ਅਸੀਂ ਦੂਜੇ ਪੱਖ ਤੋਂ ਦੇਖੀਏ ਉਜਾੜੇ ਦਾ ਪ੍ਰਵਾਸ ਹੋ ਰਿਹਾ ਹੈ। ਜਿਹੜਾ ਕੋਈ ਇੱਕ ਵਾਰ ਪੰਜਾਬ ਤੋਂ ਚਲਾ ਜਾ ਰਿਹਾ ਹੈ ਵਾਪਸ ਆਉਣ ਦੀ ਮਨਸ਼ਾ ਦੇ ਨਾਲ ਨਹੀਂ ਜਾ ਰਿਹਾ, ਬਾਹਰ ਜਾ ਕੇ ਆਪਣੇ ਸੁਨਹਿਰੇ ਭਵਿੱਖ ਦੀ ਤਲਾਸ਼ ਜਿਹੜੇ ਨੇ ਉਹ ਸਾਡੀ ਨੌਜਵਾਨ ਪੀੜ੍ਹੀ ਸਾਡੇ ਬੱਚੇ ਕਰ ਰਹੇ ਨੇ, ਅਤੇ ਖਾਸ ਕਰਕੇ ਜੇਕਰ ਗੱਲ ਕਰੀਏ ਕਿ ਮੁੰਡਿਆਂ ਦੇ ਨਾਲ ਨਾਲ ਕੁੜੀਆਂ ਵੀ ਵੱਡੀ ਗਿਣਤੀ ਦੇ ਵਿੱਚ ਇਸ ਮੁਲਕ ਤੋਂ ਰੁਖਸਤੀ ਕਰ ਰਹੀਆਂ ਨੇ, ਇਸ ਸੋਹਣੇ ਰੰਗਲੇ ਪੰਜਾਬ ਨੂੰ ਛੱਡ ਕੇ ਜਾ ਰਹੀਆਂ ਨੇ। ਕੀ ਕਾਰਨ ਹੈ ਕਿ ਸਾਡੀਆਂ ਧੀਆਂ ਨੇ ਵੀ ਵਿਦੇਸ਼ਾਂ ਦੀ ਰਾਹ ਅਖਤਿਆਰ ਕਰ ਲਈ ਹੈ? ਕੀ ਕਾਰਨ ਹੈ ਕਿ ਸਾਡੇ ਬੱਚਿਆਂ ਨੂੰ ਇਹ ਲੱਗਣ ਲੱਗ ਗਿਆ ਕਿ ਪੰਜਾਬ ਦੇ ਵਿੱਚ ਸੰਭਾਵਨਾਵਾਂ ਨਹੀਂ ਨੇ? ਤਾਂ ਇਸ ਗੰਭੀਰ ਵਿਸ਼ੇ ਬਾਬਤ ਗੱਲਬਾਤ ਕਰਨ ਲਈ ਅੱਜ ਅਸੀਂ ਪਹੁੰਚੇ ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ। ਅਧਿਆਪਨ ਨਾਲ ਜੁੜੇ ਹੋਏ ਨੇ ਪੰਜਾਬੀ ਵਿਭਾਗ ਦੇ ਵਿੱਚ ਬਤੌਰ ਅਧਿਆਪਕ ਸੇਵਾਵਾਂ ਨਿਭਾ ਰਹੇ ਡਾਕਟਰ ਗੁਰਪ੍ਰੀਤ ਕੌਰ ਹੋਰਾਂ ਦੇ ਕੋਲ। ਡਾਕਟਰ ਸਾਹਿਬ ਨਾਲ ਇਸ ਵਿਸ਼ੇ ਬਾਬਤ ਗੱਲਬਾਤ ਕਰਨ ਦਾ ਇੱਕ ਕਾਰਨ ਮੇਰਾ ਇਹ ਵੀ ਸੀ ਕਿ ਡਾਕਟਰ ਸਾਹਿਬ ਖੁਦ ਇੱਕ ਲੰਮਾ ਸਮਾਂ ਵਿਦੇਸ਼ਾਂ ਦੇ ਵਿੱਚ ਇਹਨਾਂ ਨੇ ਰਹਿ ਕੇ ਗੁਜ਼ਾਰਿਆ, ਅਤੇ ਦੂਜੀ ਗੱਲ ਕਿ ਬਹੁਤ ਸਾਰੇ ਇਹਨਾਂ ਦੇ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਖੋਜ ਕਾਰਜ ਦੇ ਵਿੱਚ ਪ੍ਰਵਾਸ ਦਾ ਗੰਭੀਰ ਮੁੱਦਾ ਸ਼ਾਮਿਲ ਰਿਹਾ ਹੈ। ਸੋ ਕੀ ਕਾਰਨ ਹੈ ਕਿ ਸਾਡੀਆਂ ਮੁਟਿਆਰਾਂ ਜਿਹੜੀਆਂ ਨੇ ਉਹ ਪ੍ਰਵਾਸ ਕਰ ਰਹੀਆਂ, ਪੰਜਾਬਣਾਂ ਪ੍ਰਵਾਸ ਕਰ ਰਹੀਆਂ ਨੇ, ਅਤੇ ਇਸ ਪ੍ਰਵਾਸ ਦਾ ਸੱਭਿਆਚਾਰਕ ਪੱਖ ਕੀ ਕਹਿੰਦਾ? ਇਸ ਵਿਸ਼ੇ ਬਾਬਤ ਅਸੀਂ ਗੱਲਬਾਤ ਅੱਜ ਕਰਾਂਗੇ। ਮਿਲਦੇ ਹਾਂ ਡਾਕਟਰ ਸਾਹਿਬ ਨੂੰ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਰਣਦੀਪ। ਸਭ ਤੋਂ ਪਹਿਲਾਂ ਮੈਂ ਤੁਹਾਡਾ ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਮੈਨੂੰ ਫਿਰ ਤੋਂ ਗੱਲਬਾਤ ਕਰਨ ਦਾ ਆਪਣੇ ਨਾਲ ਮੌਕਾ ਦਿੱਤਾ। ਹਾਂਜੀ ਰਣਦੀਪ, ਇਹ ਬਹੁਤ ਗੰਭੀਰ ਵਿਸ਼ਾ ਆ, ਅਤੇ ਅੱਜ ਦੇ ਸਮੇਂ ਦੀ ਲੋੜ ਆ ਕਿ ਅਸੀਂ ਪੰਜਾਬੀਆਂ ਦੇ ਪ੍ਰਵਾਸ ਬਾਰੇ, ਖਾਸ ਤੌਰ 'ਤੇ ਪੰਜਾਬੀ ਮੁਟਿਆਰਾਂ ਦੇ ਪ੍ਰਵਾਸ ਬਾਰੇ ਗੱਲ ਕਰੀਏ। ਪ੍ਰਵਾਸ ਲੰਬਾ ਸਮਾਂ ਮਰਦ ਕੇਂਦਰਿਤ ਰਿਹਾ ਜੀ, ਹੈ ਨਾ।
ਹੁਣ ਪ੍ਰਵਾਸ 'ਚ ਵਿਸ਼ੇਸ਼ ਤਬਦੀਲੀ ਵਾਪਰਦੀ ਹੈ ਕਿ ਪ੍ਰਵਾਸ ਹੈ ਜਿਹੜਾ ਉਹ ਔਰਤ ਕੇਂਦਰਿਤ ਹੋ ਗਿਆ, ਉੱਜੜਨਾ ਅਤੇ ਮੁੜ ਵਸਣਾ ਅਤੇ ਆਪਣੀ ਰੋਜ਼ੀ ਰੋਟੀ ਲਈ ਰਿਜ਼ਕ ਲਈ ਬੇਗਾਨੀਆਂ ਧਰਤੀਆਂ ਨੂੰ ਉਪਰੀਆਂ ਧਰਤੀਆਂ ਨੂੰ ਗਾਉਣਾ ਪੰਜਾਬੀਆਂ ਦੇ ਖਮੀਰ ਵਿੱਚ ਆ। ਤੁਸੀਂ ਗੱਲ ਕੀਤੀ ਸੀ ਨਾ ਕਿ ਖੱਟਣ ਗਿਆ ਸੀ ਕੀ ਖੱਟ ਲਿਆਂਦਾ, ਪ੍ਰਵਾਸ ਜਿਹੜਾ ਸੀ ਉਹ ਕੁਝ ਖੱਟ ਕੇ ਲਿਆਉਣ ਲਈ ਅਤੇ ਆਪਣੇ ਘਰ ਮੁੜ ਆਉਣ ਦੀ ਉਮੀਦ ਨਾਲ ਜੁੜਿਆ ਹੁੰਦਾ ਸੀ। ਲੰਬਾ ਸਮਾਂ ਤੱਕ ਪੰਜਾਬੀ ਔਰਤਾਂ ਨੇ ਪ੍ਰਵਾਸ ਨਹੀਂ ਕੀਤਾ, ਪੰਜਾਬੀ ਮਰਦਾਂ ਨੇ ਪ੍ਰਵਾਸ ਕੀਤਾ ਅਤੇ ਉਹਨਾਂ ਦੇ ਮੁੜ ਆਉਣ ਦੀ ਉਮੀਦ ਹੁੰਦੀ ਸੀ, ਹੈ ਨਾ। ਉਹ ਇੱਕ ਖਾਸ ਸਮੇਂ ਤੱਕ ਉਹ ਦੇਸ਼ਾਂ 'ਚ ਰਹਿੰਦੇ, ਪੰਜਾਬੀਆਂ ਦਾ ਪ੍ਰਵਾਸ ਨੇੜਲੇ ਦੇਸ਼ਾਂ 'ਚ ਵੀ ਸੀ, ਪੰਜਾਬੀਆਂ ਨੇ ਦੂਰ ਦੇ ਮੁਲਕਾਂ 'ਚ ਵੀ ਪ੍ਰਵਾਸ ਕੀਤਾ, ਪਰ ਉਹਨਾਂ ਦੇ ਮੁੜ ਆਉਣ ਦੀ ਆਪਣੇ ਘਰਾਂ ਨੂੰ ਪਰਤ ਆਉਣ ਦੀ ਸੰਭਾਵਨਾ ਹਮੇਸ਼ਾ ਬਣੀ ਰਹਿੰਦੀ ਸੀ। ਹੁਣ ਜਿਹੜਾ ਸਮਾਂ ਨਾ ਉਹ ਪੰਜਾਬ ਲਈ ਬਹੁਤ ਉਦਾਸ ਕਰਨ ਵਾਲਾ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਸਾਡੇ ਬੱਚੇ ਬੱਚਿਆਂ ਨੇ ਉਹ ਸਾਨੂੰ ਨਜ਼ਰ ਨਹੀਂ ਪੈਂਦੇ। ਪੰਜਾਬ ਉਜਾੜੇ ਦੀ ਸਥਿਤੀ 'ਚ ਆ, ਘਰਾਂ ਦੇ ਘਰ ਨੇ ਜਿਹੜੇ ਉਹ ਵੀਰਾਨ ਹੋਏ ਪਏ ਨੇ ਅਤੇ ਇਹ ਜਿਹੜਾ ਵਰਤਾਰਾ ਉਹ ਰੁਕਣ ਦਾ ਨਾਂ ਨਹੀਂ ਲੈ ਰਿਹਾ ਜੀ। ਡਾਕਟਰ ਸਾਹਿਬ, ਤੁਸੀਂ ਖੁਦ ਲੰਮਾ ਸਮਾਂ ਵਿਦੇਸ਼ ਦੇ ਵਿੱਚ ਰਹੇ ਹੋ, ਹਾਂਜੀ, ਤੁਸੀਂ ਉੱਥੋਂ ਦੇ ਜੀਵਨ ਦੇ ਵਿੱਚੋਂ ਅਜਿਹੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਲੱਗਦੀਆਂ ਨੇ ਕਿ ਪੰਜਾਬਣਾਂ ਨੂੰ, ਖਾਸ ਕਰਕੇ ਮੁਟਿਆਰਾਂ ਨੂੰ ਖਿੱਚ ਰਹੀਆਂ ਨੇ ਆਪਣੇ ਵੱਲ? ਇੱਕ ਤਾਂ ਨਾ ਰਣਦੀਪ ਗਲੈਮਰ ਆ ਜੀ, ਹੈ ਨਾ, ਜਿਹੜਾ ਔਰਤਾਂ ਨੂੰ, ਲੜਕੀਆਂ ਨੂੰ, ਕਿਉਂਕਿ ਖਾਸ ਤੌਰ 'ਤੇ ਜਿਹੜੀਆਂ ਬੱਚੀਆਂ ਹੁਣ ਪ੍ਰਵਾਸ ਕਰ ਰਹੀਆਂ ਨੇ ਪਲੱਸ ਟੂ ਤੋਂ ਬਾਅਦ ਆਈਲੈਟਸ ਕਰਕੇ, ਉਦੋਂ ਤਾਂ ਬੱਚੇ 'ਚ ਇੰਨੀ ਸੋਚਣ ਸ਼ਕਤੀ ਹੀ ਨਹੀਂ ਹੁੰਦੀ, ਉਹਨੂੰ ਇਹ ਪਤਾ ਆ ਕਿ ਮੈਂ ਬਾਹਰ ਜਾਣਾ, ਪਰ ਉਹਨੂੰ ਇਹ ਨਹੀਂ ਪਤਾ ਕਿ ਉੱਥੇ ਜਾ ਕੇ ਕੀ ਵਾਪਰਨਾ ਆ ਜੀ, ਹੈ ਨਾ, ਜ਼ਿੰਦਗੀ ਦੀਆਂ ਕਿਹੜੀਆਂ ਤਲਖ ਹਕੀਕਤਾਂ ਨਾਲ ਉਹਦਾ ਸਾਹਮਣਾ ਹੋਣਾ ਆ। ਅਤੇ ਇੱਕ ਬੀਂਗ ਪੇਰੈਂਟ, ਇੱਕ ਗੱਲ ਜਿਹੜੀ ਮੈਨੂੰ ਬਹੁਤ ਉਦਾਸ ਕਰਦੀ ਆ ਉਹ ਇਹ ਕਿ ਅਸੀਂ ਪੰਜਾਬੀ ਬਹੁਤ ਵੱਡੇ ਮਾਨਸਿਕ ਦਬੰਧ ਦਾ ਸ਼ਿਕਾਰ ਹਾਂ। ਅਸੀਂ ਆਪਣੇ ਬੱਚਿਆਂ ਦੀ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ, ਬੱਚੀਆਂ ਦੀ ਸੁਰੱਖਿਆ ਨੂੰ ਲੈ ਕੇ ਖਾਸ ਤੌਰ 'ਤੇ ਬਹੁਤ ਚਿੰਤਿਤ ਰਹਿਣ ਵਾਲੇ ਲੋਕ, ਜਿਹੜੇ ਜੇ ਬੱਚੀ ਟਿਊਸ਼ਨ ਪੜ੍ਹਨ ਵੀ ਜਾਂਦੀ ਆ, ਜੇ ਬੱਚੇ ਪੜ੍ਹਨ ਲਈ ਵੀ ਜਾਂਦੇ ਆ, ਅਸੀਂ ਦਰਵਾਜ਼ੇ 'ਚ ਖੜ੍ਹੇ ਰਹਿੰਦੇ ਹਾਂ। ਪਰ ਅਸੀਂ ਆਪਣੀਆਂ ਬੱਚੀਆਂ ਨੂੰ, ਖਾਸ ਤੌਰ 'ਤੇ ਬਹੁਤ ਛੋਟੀਆਂ ਬੱਚੀਆਂ ਨੂੰ ਜਿਹੜੀਆਂ ਪਲੱਸ ਟੂ ਤੋਂ ਬਾਅਦ ਬਾਹਰ ਜਾਂਦੀਆਂ ਨੇ, ਸਟੱਡੀ ਵੀਜ਼ੇ ਲੈਂਦੀਆਂ ਨੇ, ਉਹਨਾਂ ਨੂੰ ਉੱਥੇ ਉਹਨਾਂ ਨੂੰ ਕੋਈ ਜਾਣਨ ਵਾਲਾ ਵੀ ਨਹੀਂ ਹੁੰਦਾ ਜੀ। ਬਹੁਤ ਥੋੜ੍ਹੇ ਬੱਚੇ ਨੇ ਜਿਨ੍ਹਾਂ ਦੇ ਰਿਸ਼ਤੇਦਾਰ ਉੱਥੇ ਹੁੰਦੇ ਆ, ਉਹਨਾਂ ਨੂੰ ਸੰਭਾਲ ਲੈਂਦੇ ਆ, ਉੱਥੇ ਜਾ ਕੇ ਰਿਸ਼ਤੇਦਾਰ ਵੀ ਕੁਝ ਦਿਨਾਂ ਤੱਕ ਰੱਖਦੇ ਆ। ਸਾਡੇ ਕੋਲ, ਤੁਸੀਂ ਸੋਸ਼ਲ ਮੀਡੀਆ ਨਾਲ ਵਾਬਸਤਾ ਹੋ, ਬਹੁਤ ਸਾਰੀਆਂ ਅਜਿਹੀਆਂ ਕਹਾਣੀਆਂ ਸਾਡੇ ਸਾਹਮਣੇ ਨੇ ਕਿ ਉੱਥੇ ਜਾਣ ਵਾਲੇ ਜਿਹੜੇ ਬੱਚੇ ਆ ਉਹਨਾਂ ਨਾਲ ਉਹਨਾਂ ਦੇ ਰਿਸ਼ਤੇਦਾਰਾਂ ਦਾ ਸਲੂਕ ਕੁਝ ਸਮੇਂ ਤੋਂ ਬਾਅਦ ਕਿਹੋ ਜਿਹਾ ਹੁੰਦਾ, ਅਤੇ ਉੱਥੇ ਰਹਿਣ ਵਾਲੇ ਜਿਹੜੇ ਪੰਜਾਬੀ ਮੂਲ ਦੇ ਬੰਦੇ ਨੇ ਉਹ ਉਹਨਾਂ ਨੂੰ ਕਿਸ ਤਰ੍ਹਾਂ ਵੇਖਦੇ ਆ, ਇਹ ਪੰਜਾਬੀ ਮੁਟਿਆਰਾਂ ਦੇ ਪ੍ਰਵਾਸ ਨਾਲ ਜੁੜਿਆ ਹੋਇਆ ਇੱਕ ਮਸਲਾ ਇਹ ਵੀ ਹੈਗਾ ਹੈ ਜੀ ਕਿ ਇੱਥੋਂ ਬਹੁਤ ਮਤਲਬ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਜਾਂਦੇ ਨੇ। ਅਤੇ ਮੈਨੂੰ ਇਹ ਕਹਿਣ 'ਚ ਵੀ ਮਤਲਬ ਕੋਈ ਔਖ ਮਹਿਸੂਸ ਨਹੀਂ ਹੁੰਦੀ ਕਿ ਅਸੀਂ ਹਮੇਸ਼ਾ ਬੱਚਿਆਂ ਨੂੰ ਬਲੀ ਚਾੜਿਆ, ਕਦੀ ਜ਼ਮੀਨ ਦੀ, ਕਦੀ ਦੌਲਤ ਦੀ, ਅਤੇ ਕਦੀ ਪ੍ਰਵਾਸ ਦੀ ਜੀ, ਹੈ ਨਾ। ਹੁਣ ਜਿਹੜੀਆਂ ਬੱਚੀਆਂ ਪ੍ਰਵਾਸ ਕਰ ਰਹੀਆਂ ਨੇ, ਇਹ ਵੀ ਇੱਕ ਵੇਖਣ ਵਾਲਾ ਮੁੱਦਾ ਕਿ ਉਹਨਾਂ 'ਚ ਉਹਨਾਂ ਦੀ ਆਪਣੀ ਮਰਜ਼ੀ ਕਿੰਨੀ ਕੁ ਸ਼ਾਮਿਲ ਆ ਜੀ। ਇਹ ਵੱਖਰੀ ਗੱਲ ਆ ਕਿ ਹੁਣ ਔਰਤ ਹੈ ਜਿਹੜੀ ਉਹ ਪ੍ਰਵਾਸ ਦੇ ਕੇਂਦਰ 'ਚ ਆ, ਖਾਸ ਤੌਰ 'ਤੇ ਪੰਜਾਬ 'ਚ ਜਿਹੜਾ ਪ੍ਰਵਾਸ ਹੋ ਰਿਹਾ ਉਹ ਸਟੱਡੀ ਵੀਜ਼ੇ ਵਾਲਾ ਪ੍ਰਵਾਸ ਹੋ ਰਿਹਾ ਸਮਕਾਲ 'ਚ, ਅਤੇ ਲੜਕੇ ਨੇ ਜਿਹੜੇ ਉਹ ਆਈਲੈਟਸ ਕਲੀਅਰ ਨਹੀਂ ਕਰ ਸਕਦੇ ਜਾਂ ਨਹੀਂ ਕਰ ਪਾਉਂਦੇ, ਅਤੇ ਬੱਚੀਆਂ ਜਿਹੜੀਆਂ ਆਈਲੈਟਸ ਕਰ ਲੈਂਦੀਆਂ ਨੇ, ਮਤਲਬ ਅਖਬਾਰਾਂ 'ਚ ਇਸ਼ਤਿਹਾਰ ਛਪਦੇ ਆ, ਉਹਨਾਂ ਬੱਚਿਆਂ ਦੇ ਬਾਹਰ ਜਾਣ ਦਾ ਸਾਰਾ ਖਰਚਾ ਹੈ ਜਿਹੜਾ ਉਹਨਾਂ ਦੇ ਸਹੁਰੇ ਪਰਿਵਾਰ ਵੱਲੋਂ ਦਿੱਤਾ ਜਾਂਦਾ। ਅਤੇ ਅੱਗੇ ਜਾ ਕੇ ਇਹਦੇ ਬਹੁਤ ਗੰਭੀਰ ਨਤੀਜੇ ਨੇ ਜਿਹੜੇ ਨਿਕਲਦੇ ਨੇ ਕਿ ਇੱਥੋਂ ਉਹਨਾਂ ਨੂੰ ਪਤਾ ਹੈ ਕਿ ਵੱਡੀ ਗੱਲ ਇਹ ਕਿ ਮੈਰਿਜ ਹੈ ਨਾ ਜਿਹੜੀ ਉਹ ਪੱਛਮੀ ਦੇਸ਼ਾਂ 'ਚ ਵੱਖਰੀ ਤਰ੍ਹਾਂ ਦੀ ਇੰਸਟੀਟਿਊਸ਼ਨ ਆ, ਸਾਡੇ ਲਈ ਵੱਖਰੀ ਤਰ੍ਹਾਂ ਦੀ ਇੰਸਟੀਟਿਊਸ਼ਨ ਆ। ਪੰਜਾਬੀ ਬੰਦੇ ਲਈ ਜਿਹੜੀ ਚੀਜ਼ ਉਹਨੂੰ ਹਮੇਸ਼ਾ ਜੋੜ ਕੇ ਰੱਖਦੀ ਹੈ ਜ਼ਿੰਦਗੀ ਨਾਲ, ਰਿਸ਼ਤਿਆਂ ਨਾਲ, ਉਹ ਘਰ ਆ। ਅਤੇ ਘਰ ਦੀ ਔਰਤ ਤੋਂ ਬਿਨਾਂ ਕਾਮਨਾ ਨਹੀਂ ਕੀਤੀ ਜਾ ਸਕਦੀ, ਹੈ ਨਾ। ਸਾਡੇ ਬਹੁਤ ਰਿਸ਼ਤੇ ਨੇ ਜਿਹੜੇ ਉਹ ਵਿਆਹ ਨਾਲ ਵੱਜੇ ਹੁੰਦੇ ਆ, ਅਤੇ ਜਦੋਂ ਵਿਆਹ ਸਾਡੇ ਲਈ ਮਕਾਨ ਕੀ ਵਰਤਾਰਾ ਹੋ ਜਾਂਦਾ, ਹੈ ਨਾ, ਕਿ ਇੱਕ ਖਾਸ ਤਰ੍ਹਾਂ ਦੀ ਸੈਟਲਮੈਂਟ ਆ ਵਿਆਹ ਜੀ, ਤਾਂ ਫਿਰ ਉਹਦੇ ਨਤੀਜੇ ਨੇ ਜਿਹੜੇ ਉਹ ਬਿਲਕੁਲ ਵੱਖਰੀ ਤਰ੍ਹਾਂ ਦੇ ਹੋਣਗੇ। ਸਾਡੇ ਲਈ ਚਾਰ ਲਾਵਾਂ ਨੇ ਜਾਂ ਜਿਹੜੇ ਸੱਤ ਫੇਰੇ ਨੇ ਉਹ ਬਹੁਤ ਪਵਿੱਤਰ ਕਾਰਜ ਆ ਜੀ। ਸਾਡੇ ਲਈ ਵਿਆਹ ਆ ਜਿਹੜਾ ਉਹ ਉਮਰਾਂ ਲੰਬਾ ਰਿਸ਼ਤਾ ਹੈ, ਪਰ ਜਿਹੜੇ ਵਿਆਹ ਇਸ ਤਰ੍ਹਾਂ ਦੇ ਹੁੰਦੇ ਨੇ, ਸਮਝੌਤਾਵਾਦੀ ਨੀਤੀ ਨਾਲ, ਬਿਲਕੁਲ ਬਿਲਕੁਲ, ਜਿਹਦੇ 'ਚ ਇੱਕ ਸੈਟਲਮੈਂਟ ਹੈ ਖਾਸ ਤਰ੍ਹਾਂ ਦੀ, ਤਾਂ ਅਸੀਂ ਸਾਡੀ ਜਿਹੜੀ ਸਾਡੇ ਕੋਲ ਪਰੰਪਰਿਕ ਵਿਆਹ ਪ੍ਰਣਾਲੀ ਹੈ ਸਾਡੀ, ਜਿਹਨੇ ਪੰਜਾਬੀਆਂ ਨੂੰ ਜ਼ਿੰਦਗੀ ਜਿਉਣ ਦਾ ਮਤਲਬ ਠੋਸ ਆਧਾਰ ਪ੍ਰਦਾਨ ਕੀਤਾ, ਉਹਦੇ ਨਾਲ ਅਸੀਂ ਉਹਦੇ ਤੋਂ ਅਸੀਂ ਦੂਰ ਹੁੰਦੇ ਜਾ ਰਹੇ ਹਾਂ ਪੰਜਾਬੀ ਮੁਟਿਆਰਾਂ ਦੇ ਪ੍ਰਵਾਸ ਧਾਰਨ ਕਰਨ ਨਾਲ ਜੀ।
ਡਾਕਟਰ ਸਾਹਿਬ, ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ, ਤੁਸੀਂ ਕਿਹਾ ਕਿ ਇੱਕ ਕਾਰਨ ਮੁਟਿਆਰਾਂ ਦੇ ਪ੍ਰਵਾਸ ਦਾ ਇਹ ਵੀ ਹੈ ਕਿ ਉੱਥੇ ਜਾ ਕੇ ਉਹਨਾਂ ਨੂੰ ਬਰਾਬਰੀ ਮਿਲਦੀ ਹੈ। ਹਾਂਜੀ ਬਿਲਕੁਲ ਬਿਲਕੁਲ, ਜਿਹੜੀ ਚੀਜ਼ ਉਹਨਾਂ ਨੂੰ ਜ਼ਿਆਦਾ ਅਟਰੈਕਟ ਕਰਦੀ ਆ, ਉਹਨਾਂ ਨੂੰ ਇਹ ਲੱਗਦਾ ਹੈ ਕਿ ਸਾਡੇ ਕੋਲ ਸਾਡੀ ਆਜ਼ਾਦੀ ਆ, ਹੈ ਨਾ। ਜਿਹੜੀ ਇਹ ਇਹ ਵੱਖਰੀ ਗੱਲ ਆ ਕਿ ਅਸੀਂ ਮਤਲਬ ਆਜ਼ਾਦੀ ਦੇ ਆਜ਼ਾਦੀ ਨੂੰ ਕਿੱਥੋਂ ਤੱਕ ਰੱਖ ਕੇ ਵੇਖੀਏ, ਕਿਉਂਕਿ ਸਾਡੇ ਲਈ ਔਰਤ ਦੀ ਆਜ਼ਾਦੀ ਹੈ ਜਿਹੜੀ ਉਹ ਬਿਲਕੁਲ ਗੰਭੀਰ ਮਸਲਾ। ਜਿਸ ਤਰ੍ਹਾਂ ਸਾਡੇ ਜੇ ਅਸੀਂ ਪੱਛਮੀ ਦੇਸ਼ਾਂ ਦੀ ਗੱਲ ਕਰੀਏ ਤਾਂ ਔਰਤ ਦੀ ਦੇਹ ਦੀ ਪਵਿੱਤਰਤਾ ਔਰਤ ਦੀ ਦੇਹ ਨੂੰ ਵੱਖਰੀ ਤਰ੍ਹਾਂ ਵੇਖਦੇ ਨੇ। ਸਾਡੇ ਲਈ ਔਰਤ ਦੀ ਦੇਹ ਦੀ ਪਵਿੱਤਰਤਾ ਦਾ ਜਿਹੜਾ ਮਸਲਾ ਆ ਬਹੁਤ ਵੱਡਾ, ਉਹ ਲੋਕ ਨੇ ਜਿਹੜੇ ਪਦਾਰਥਵਾਦੀ ਨੇ, ਉਹਨਾਂ ਦੀ ਜ਼ਿੰਦਗੀ ਦਾ ਜਿਹੜਾ ਸਾਰਾ ਤਾਣਾ ਬਾਣਾ ਆ, ਉਹਨਾਂ ਦੀ ਜਿਹੜੀ ਜੀਵਨ ਸ਼ੈਲੀ ਆ ਉਹ ਪਦਾਰਥਕ ਸੁੱਖ ਸਹੂਲਤਾਂ 'ਤੇ ਕੇਂਦਰਿਤ ਆ। ਅਤੇ ਅਸੀਂ ਲੋਕ ਆ ਜਿਹੜੇ ਉਹ ਰੂਹਾਂ ਦੇ ਲੋਕ ਆ, ਮਤਲਬ ਅਸੀਂ ਆਪਣੀ ਜਿਹੜੀ ਆਤਮਿਕ ਯਾਤਰਾ ਉਹ ਸਾਡੀਆਂ ਪਦਾਰਥਕ ਲੋੜਾਂ ਨੂੰ ਉਲੰਘ ਕੇ ਸ਼ੁਰੂ ਕਰਦੇ ਹਾਂ। ਅਸੀਂ ਮਤਲਬ ਮਨਜੀਤ ਜਗਜੀਤ ਨੂੰ ਜੋੜਨ ਵਾਲੇ ਲੋਕ ਆ, ਹੈ ਨਾ। ਇੱਥੇ ਸਾਡੀ ਜੀਵਨ ਸ਼ੈਲੀ ਵਿਚਲਾ ਜਿਹੜਾ ਵਖਰੇਵਾਂ ਆ ਉਹ ਬਹੁਤ ਵੱਡੀ ਦੁਬਿਧਾ ਦਾ ਕਾਰਨ ਆ। ਇਹ ਨਹੀਂ ਹੁੰਦਾ ਕਿ ਕੋਈ ਬੱਚਾ 20 ਸਾਲ 25 ਸਾਲ ਇੱਕ ਧਰਤੀ 'ਤੇ ਜਿਉਂਦਾ, ਉਹ ਅਚਾਨਕ ਕਿਸੇ ਵੱਖਰੇ ਸੱਭਿਆਚਾਰ 'ਚ ਜਾਂਦਾ ਅਤੇ ਉਹ ਬਿਲਕੁਲ ਮਤਲਬ ਉਹਦੇ ਲਈ ਬਹੁਤ ਆਸਾਨ ਹੁੰਦਾ ਕਿ ਉਹ ਉਸ ਸੱਭਿਆਚਾਰ ਮੁਤਾਬਕ ਢਲ ਜਾਵੇ ਅਤੇ ਇਹ ਦੂਸਰੇ ਸੱਭਿਆਚਾਰ ਮੁਤਾਬਕ ਆਪਣੇ ਆਪ ਨੂੰ ਢਾਲਣਾ, ਕਿਉਂਕਿ ਦੂਸਰੇ ਸੱਭਿਆਚਾਰ ਨੇ ਤੁਹਾਡੇ ਮੁਤਾਬਕ ਨਹੀਂ ਢਾਲਣਾ, ਹੈ ਨਾ। ਇਹਦੇ ਨਾਲ ਉਹ ਜਿਹੜੀਆਂ ਬੱਚੀਆਂ ਨੇ ਖਾਸ ਕਿਸਮ ਦੇ ਸੱਭਿਆਚਾਰਕ ਤਣਾਅ ਨੂੰ ਭੋਗਦੀ। ਡਾਕਟਰ ਸਾਹਿਬ, ਜਿਵੇਂ ਅਸੀਂ ਗੱਲ ਕੀਤੀ ਕਿ ਇੱਕ ਸੱਭਿਆਚਾਰਕ ਤਣਾਅ ਉਹਨਾਂ ਦੇ ਉੱਤੇ ਪੈਂਦਾ, ਹਾਂਜੀ, ਦੂਜੀ ਗੱਲ ਕਲਚਰ ਸ਼ੌਕ ਜਿਵੇਂ ਅਸੀਂ ਕਹਿੰਦੇ ਹਾਂ, ਬਿਲਕੁਲ ਬਿਲਕੁਲ, ਇਹ ਵੀ ਉਸੇ ਦਾ ਇੱਕ ਹਿੱਸਾ ਹੈ। ਹਾਂਜੀ, ਉੱਥੇ ਜਾ ਕੇ ਸਾਨੂੰ ਪਤਾ ਹੈ ਕਿ ਜ਼ਿੰਦਗੀ ਸੁਖਾਲੀ ਨਹੀਂ ਹੈ, ਬਿਲਕੁਲ, ਸਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਊਗਾ, ਪਰ ਫਿਰ ਵੀ ਸੱਭਿਆਚਾਰਕ ਪੱਖ ਤੋਂ ਤੁਸੀਂ ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ? ਰਣਦੀਪ, ਬਹੁਤ ਕੁਝ ਅਜਿਹਾ ਵਾਪਰਿਆ ਜਿਹੜਾ ਅਸੀਂ ਕਿਆਸ ਵੀ ਨਹੀਂ ਸੀ ਕਰ ਸਕਦੇ ਸਾਡੇ ਸੱਭਿਆਚਾਰ ਨੂੰ ਲੈ ਕੇ, ਹੈ ਨਾ। ਲੜਕੀਆਂ ਦੇ ਸਾਡੇ 'ਚ ਅੰਤਰਜਾਤੀ ਵਿਆਹ ਨਹੀਂ ਹੁੰਦੇ ਸੀ, ਹੈ ਨਾ। ਸਾਡੇ ਲਈ ਮਤਲਬ ਪੰਜਾਬੀ ਲੋਕ ਨੇ ਜਿਹੜੇ ਉਹ ਜਾਤ ਪਾਤ ਨੂੰ ਲੈ ਕੇ ਜਾਤ ਪਾਤ 'ਚ ਬੁਰੀ ਤਰ੍ਹਾਂ ਗ੍ਰਸੇ ਹੋਏ ਨੇ, ਭਾਵੇਂ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਇਹ ਸੰਦੇਸ਼ ਦਿੱਤਾ ਕਿ ਮਾਨਸ ਕੀ ਜਾਤ ਸਭ ਇੱਕੇ ਪਹਿਚਾਨਵੋ, ਪਰ ਜਦੋਂ ਦਾ ਇਹ ਵਰਤਾਰਾ ਇਸ ਵਰਤਾਰੇ ਨਾਲ ਅਸੀਂ ਵਾਬਸਤਾ ਹਾਂ ਕਿ ਲੜਕੀਆਂ ਆਈਲੈਟਸ ਕਰਨ ਅਤੇ ਉਹਨਾਂ ਲਈ ਲੜਕੇ ਵਾਲੇ ਸਾਰਾ ਖਰਚ ਕਰਨ ਅਤੇ ਉਹ ਬਾਹਰ ਜਾ ਸਕਣ, ਤਾਂ ਹੁਣ ਅਜਿਹੇ ਵਿਆਹ ਵੀ ਸਾਹਮਣੇ ਆਉਂਦੇ ਜਿੱਥੇ ਮਤਲਬ ਜਿੱਥੇ ਲੜਕੀ ਦਾ ਲੜਕੀ ਕਿਸ ਜਾਤ ਨਾਲ ਸੰਬੰਧ ਰੱਖਦੀ ਆ, ਪਰਿਵਾਰ ਦਾ ਸਮਾਜਿਕ ਰੁਤਬਾ ਕੀ ਆ, ਹੈ ਨਾ। ਇਸ ਤਰ੍ਹਾਂ ਨਾਲ ਸਾਡੇ ਸਮਾਜ ਸੱਭਿਆਚਾਰ ਨੂੰ ਲੈ ਕੇ ਇੱਕ ਖਾਸ ਕਿਸਮ ਦੀ ਤਬਦੀਲੀ ਜਿਹੜੀ ਬਹੁਤ ਹਾਂ ਪੱਖੀ ਵੀ ਆ ਜੀ, ਉਹ ਵਾਪਰੀ। ਅਤੇ ਦੂਸਰੀ ਇਹਦੇ ਨਾਲ ਇੱਕ ਗੱਲ, ਲੜਕੀਆਂ ਨੇ ਜਾਇਦਾਦ 'ਚੋਂ ਹਿੱਸਾ ਨਹੀਂ ਲੈਂਦੀਆਂ ਲੜਕੀਆਂ, ਹੈ ਨਾ, ਭਾਵੇਂ ਕਾਨੂੰਨ ਤੌਰ 'ਤੇ ਇਹ ਹੱਕ ਹਾਸਲ ਆ, ਪਰ ਔਰਤ ਦੀ ਮੇਰਾ ਖਿਆਲ ਹੈ ਜਿਹੜੀ ਪੰਜਾਬੀ ਔਰਤ ਆ ਉਹ ਪੰਜਾਬੀ ਬੰਦਾ ਵੀ ਰਿਸ਼ਤਿਆਂ 'ਚ ਜਿਉਂਦਾ, ਹੈ ਨਾ, ਅਸੀਂ ਰਿਸ਼ਤਿਆਂ ਤੋਂ ਬਿਨਾਂ ਨਹੀਂ ਜੀ ਸਕਦੇ। ਅਤੇ ਪੰਜਾਬੀ ਔਰਤ ਲਈ ਰਿਸ਼ਤੇ ਕਿਉਂਕਿ ਬਹੁਤ ਮਹੱਤਵਪੂਰਨ ਹੁੰਦੇ ਨੇ, ਇਸ ਲਈ ਉਹ ਆਪਣੇ ਭਰਾਵਾਂ ਨਾਲ ਆਪਣਾ ਹੱਕ ਨਹੀਂ ਬਣਾਉਂਦੀ, ਹੈ ਨਾ। ਉਹਦਾ ਵਿਆਹ ਕੀਤਾ ਜਾਂਦਾ ਉਹਨੂੰ, ਮਤਲਬ ਅਸੀਂ ਬਹੁਤ ਸ਼ੌਕ ਨਾਲ ਆਪਣੀਆਂ ਧੀਆਂ ਦੇ ਵਿਆਹ ਕਰਦੇ ਆ, ਪਰ ਹੁਣ ਮਤਲਬ ਅਜਿਹਾ ਵੀ ਵਾਪਰ ਰਿਹਾ ਕਿ ਮਾਂ ਬਾਪ ਇਹ ਸੋਚਦੇ ਆ ਕਿ ਸਾਡੀ ਬੱਚੀ ਦਾ ਆਈਲੈਟਸ ਹੋ ਗਿਆ, ਹੁਣ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੈ, ਮਤਲਬ ਹੁਣ ਅਸੀਂ ਲੜਕੀ ਲਈ ਹਰ ਕਿਸਮ ਦੀ ਜ਼ਿੰਮੇਵਾਰੀ ਤੋਂ ਮੁਕਤ ਹਾਂ। ਜੇ ਅਸੀਂ ਥੋੜ੍ਹਾ ਪਿਛਾਂ ਨਜ਼ਰ ਮਾਰਦੇ ਹਾਂ ਤਾਂ ਅਸੀਂ ਤਾਂ ਆਪਣੀਆਂ ਧੀਆਂ ਦੇ ਦੂਰ ਵਿਆਹ ਵੀ ਨਹੀਂ ਸੀ ਕਰਦੇ। ਉਹਦਾ ਮਤਲਬ ਇਹ ਹੁੰਦਾ ਸੀ ਕਿ ਲੜਕੀ ਲਈ ਸਮਾਜਿਕ ਅਤੇ ਭਾਵਨਾਤਮਕ ਸੁਰੱਖਿਆ ਬਣੀ ਰਹੇ ਕਿ ਜਦੋਂ ਵੀ ਉਹਨੂੰ ਆਪਣੇ ਭਰਾਵਾਂ ਦੀ ਜ਼ਰੂਰਤ ਆ, ਅਤੇ ਭਰਾਵਾਂ ਦਾ ਹੋਣਾ ਵੀ ਇਸੇ ਲਈ ਬਹੁਤ ਜ਼ਿਆਦਾ ਜ਼ਰੂਰੀ ਸੀ ਕਿ ਜਦੋਂ ਵੀ ਉਹ ਕਿਸੇ ਵਿਪਤਾ 'ਚ ਆ ਤਾਂ ਉਹਦੇ ਭਰਾ ਉਹਦੀ ਮਦਦ ਲਈ ਖੜ੍ਹੇ ਹੁੰਦੇ। ਹੁਣ ਇਸ ਗੱਲ ਦੇ ਜਵਾਬ 'ਚ ਇਹ ਕਿਹਾ ਜਾ ਸਕਦਾ ਕਿ ਹੁਣ ਅਸੀਂ ਕਿਉਂਕਿ ਗਲੋਬਲਾਈਜੇਸ਼ਨ ਆ, ਹੈ ਨਾ, ਸਾਰਾ ਸੰਸਾਰ ਸਾਡੀ ਪਹੁੰਚ ਆ, ਸਾਡੇ ਕੋਲ ਵੀਡੀਓ ਕਾਲਸ ਹੈਗੀਆਂ ਨੇ, ਪਰ ਰਣਦੀਪ ਤੁਸੀਂ ਯਕੀਨ ਮੰਨਿਓ, ਮੇਰਾ ਅਨੁਭਵ ਇਹ ਕਹਿੰਦਾ ਆ ਕਿ ਕੰਧ ਓਲੇ ਪ੍ਰਦੇਸ਼ ਹੁੰਦਾ ਜੀ। ਸਾਡੀਆਂ ਬੱਚੀਆਂ ਦੂਰ ਜਾ ਰਹੀਆਂ ਨੇ ਉਸ ਕਿਸਮ ਦੇ, ਉੱਥੇ ਜਾ ਕੇ ਉਹ ਕਿਸ ਕਿਸਮ ਦੇ ਮਾਨਸਿਕ ਤਣਾਅ ਨੂੰ ਭੋਗਦੀਆਂ ਨੇ। ਸੋਸ਼ਲ ਮੀਡੀਆ 'ਤੇ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੋਈਆਂ, ਬੱਚਿਆਂ ਦੀਆਂ ਖੁਦਕੁਸ਼ੀਆਂ ਵੀ ਦੀਆਂ ਵੀ ਖਬਰਾਂ ਸਾਹਮਣੇ ਆ ਰਹੀਆਂ, ਬੱਚਿਆਂ ਦੀ ਖੁਦਕੁਸ਼ੀ ਦੀਆਂ ਖਬਰਾਂ ਸਾਹਮਣੇ ਆਈਆਂ ਕਿਉਂਕਿ ਉਹਨਾਂ ਕੋਲ ਗੱਲ ਕਰਨ ਵਾਲਾ ਕੋਈ ਨਹੀਂ ਹੈਗਾ ਜੀ। ਉਹ ਆਪਣੇ ਦੂਰ ਬੈਠੇ ਜਿਹੜੇ ਮਾਂ ਬਾਪ ਨੇ ਉਹਨਾਂ ਨੂੰ ਉਸ ਦੁੱਖ ਦਾ ਅਹਿਸਾਸ ਨਹੀਂ ਹੋਣ ਦੇਣਾ ਚਾਹੁੰਦੀਆਂ। ਅਤੇ ਜਦੋਂ ਮਤਲਬ ਕੋਈ ਅਸੀਂ ਕੋਈ ਸੰਤਾਪ ਆ, ਕੋਈ ਦੁੱਖ ਆ, ਜਦੋਂ ਅਸੀਂ ਕਿਸੇ ਨਾਲ ਗੱਲ ਕਰ ਲੈਂਦੇ ਹਾਂ ਤਾਂ ਉਹ ਸਾਡਾ ਮਨ ਹਲਕਾ ਹੋ ਜਾਂਦਾ, ਹੈ ਨਾ। ਇਸੇ ਲਈ ਪੰਜਾਬ 'ਚ ਜਿਹੜਾ ਡਿਪਰੈਸ਼ਨ ਆ ਉਹ ਬਹੁਤ ਦੇਰ ਬਾਅਦ ਆਇਆ,
ਕਿਉਂਕਿ ਅਸੀਂ ਇੱਕ ਦੂਸਰੇ ਨਾਲ ਮਿਲਦੇ ਹਾਂ, ਬੋਲਦੇ ਹਾਂ। ਸਾਡੇ ਕੋਲ ਓਲਡ ਏਜ ਹੋਮ ਵੀ ਨਹੀਂ ਸੀਗੇ, ਪੰਜਾਬ 'ਚ ਡਿਪਰੈਸ਼ਨ ਵੀ ਨਹੀਂ ਸੀ ਹੁੰਦਾ। ਹੁਣ ਜਿਹੜੇ ਬੱਚੇ ਇੱਥੋਂ, ਉਹਨਾਂ ਕੋਲ ਸੁਪਨੇ ਤਾਂ ਬਹੁਤ ਵੱਡੇ ਨੇ, ਪਰ ਉਹਨਾਂ ਸੁਪਨਿਆਂ ਦੀ ਜ਼ਮੀਨੀ ਹਕੀਕਤ ਤੋਂ ਜਾਣੂ ਨਹੀਂ ਹੈਗੇ ਬੱਚੇ। ਇਸੇ ਲਈ ਉੱਥੇ ਜਾ ਕੇ ਜਿਹੜਾ ਉਹ ਮਾਨਸਿਕ ਸੰਤਾਪ ਭੋਗਦੇ ਨੇ, ਪਿੱਛੇ ਬੈਠੇ ਮਾਂ ਬਾਪ ਨੂੰ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਹੁੰਦਾ। ਅਤੇ ਸਾਡੇ ਸੱਭਿਆਚਾਰ ਦੀਆਂ ਬਹੁਤ ਵੱਡੀਆਂ ਕਦਰਾਂ ਕੀਮਤਾਂ ਕਿ ਸਾਡੇ ਲਈ ਜ਼ਮੀਨ ਆ ਜਿਹੜੀ ਉਹ ਮਾਂ ਦਾ ਰੁਤਬਾ ਰੱਖਦੀ। ਅਤੇ ਰਣਦੀਪ ਮਾਂ ਬਾਪ ਨੇ ਨਾ ਜਿਹੜੇ ਉਹ ਬੱਚਿਆਂ ਨੂੰ ਬਾਹਰ ਭੇਜਣ ਲਈ ਜ਼ਮੀਨਾਂ ਵੇਚ ਰਹੇ ਨੇ। ਅਤੇ ਮੈਂ ਇਸ ਨਾਲ ਮਾਫ਼ੀ ਚਾਹੁੰਦੀ ਹਾਂ ਕਿ ਮੈਂ ਤੁਹਾਡੀ ਗੱਲ ਕੱਟੀ। ਹਾਂਜੀ ਹਾਂਜੀ। ਪਰ ਜਿਵੇਂ ਤੁਸੀਂ ਕਿਹਾ ਕਿ ਜ਼ਮੀਨ ਜਿਹੜੀ ਆ ਉਹ ਮਾਂ ਦਾ ਰੁਤਬਾ ਰੱਖਦੀ ਹੈ। ਹਾਂਜੀ ਬਿਲਕੁਲ। ਪਰ ਇੱਕ ਦੌਰ ਇਹ ਵੀ ਸੀ ਕਿ ਮੈਮ ਖਾਸ ਕਰਕੇ ਪੰਜਾਬ ਦੀ ਮਾਲਵਾ ਪੱਟੀ ਦੇ ਵਿੱਚ, ਹੈ ਨਾ, ਹਾਂਜੀ, ਕਿੱਲਿਆਂ ਦੇ ਹਿਸਾਬ ਨਾਲ ਮੁੰਡਿਆਂ ਦੇ ਰੇਟ ਲੱਗਦੇ ਸੀ। ਹਾਂਜੀ ਹਾਂਜੀ ਬਿਲਕੁਲ, ਵਿਆਹ ਵੇਲੇ, ਹੈ ਨਾ। ਮੈਨੂੰ ਲੱਗਦਾ ਹੁੰਦਾ ਕਈ ਵਾਰ ਕਿ ਵੀ ਜਿਹੜਾ ਆਇਲਸ ਦਾ ਇੱਕ ਅਜਿਹਾ ਰਾਮਬਾਣ ਕੁੜੀਆਂ ਦੇ ਹੱਥ 'ਚ ਲੱਗ ਗਿਆ। ਬਿਲਕੁਲ ਬਿਲਕੁਲ, ਹੈ ਨਾ, ਬਿਲਕੁਲ, ਉਹਨੇ ਇਸ ਚੀਜ਼ ਤੋਂ ਵੀ ਨਜਾਤ ਦਵਾਤੀ, ਪਰ ਇਹਦੇ ਨਾਲ ਵੱਖਰਾ ਜੰਜਾਲ ਪੈ ਗਿਆ। ਹਾਂਜੀ, ਇਹਦੇ ਨਾਲ ਔਰਤ ਕੇਂਦਰ 'ਚ ਜ਼ਰੂਰ ਆਈ ਆ। ਉਹ ਪ੍ਰਵਾਸ ਜਿਹੜਾ ਲੰਬੇ ਸਮੇਂ ਤੱਕ ਮਰਦ ਕੇਂਦਰਿਤ ਰਿਹਾ, ਉਹ ਔਰਤ 'ਤੇ ਕੇਂਦਰਿਤ ਹੋਇਆ, ਹੈ ਨਾ। ਅੱਗੇ ਜਦੋਂ ਔਰਤ ਪ੍ਰਵਾਸ ਧਾਰਨ ਕਰਦੀ ਸੀ, ਉਹ ਮਾਂ ਦੇ ਰੂਪ 'ਚ ਹੋ ਰਿਹਾ ਪ੍ਰਵਾਸ, ਭੈਣ ਦੇ ਰੂਪ 'ਚ ਹੋ ਰਿਹਾ, ਪਤਨੀ ਦੇ ਰੂਪ 'ਚ ਹੋ ਰਿਹਾ। ਅਤੇ ਮੈਂ ਮਾਫ਼ੀ ਚਾਹਾਂਗੀ ਕਿ ਪੰਜਾਬੀਆਂ ਨੇ ਪ੍ਰਵਾਸ ਧਾਰਨ ਕਰਨ ਲਈ ਬਹੁਤ ਸਾਰੇ ਜਾਇਜ਼ ਨਜਾਇਜ਼ ਜਿਹੜੇ ਵਸੀਲੇ ਨੇ ਉਹਨਾਂ ਦੀ ਵਰਤੋਂ ਕੀਤੀ। ਭੈਣਾਂ ਤੱਕ ਨਾਲ ਵਿਆਹ ਕਰਵਾਇਆ, ਭੈਣਾਂ ਤੱਕ ਨਾਲ ਵਿਆਹ ਹੋਏ, ਹੈ ਨਾ। ਅਤੇ ਹੁਣ ਇੱਥੇ ਉਸ ਮਤਲਬ ਉਸ ਗੱਲ ਦਾ ਰੂਪ ਬਦਲ ਰਿਹਾ ਕਿ ਲੜਕੀਆਂ ਉੱਥੇ ਜਾ ਕੇ ਸਵੈ ਨਿਰਭਰ ਹੋ ਜਾਂਦੀਆਂ, ਹੈ ਨਾ, ਪੈਸੇ ਕਮਾਉਣ ਲੱਗ ਜਾਂਦੀਆਂ ਨੇ। ਉਹ ਥੋੜ੍ਹੀਆਂ ਵੱਡੀਆਂ ਹੁੰਦੀਆਂ ਕਿਉਂਕਿ ਬਹੁਤ ਛੋਟੀਆਂ ਜਾਂਦੀਆਂ ਨੇ ਇੱਥੋਂ 17-18 ਸਾਲ ਦੀਆਂ। ਤਾਂ ਉਹਨਾਂ ਕੋਲ ਆਪਣੀ, ਉਹਨਾਂ ਨੂੰ ਲੱਗਦਾ ਕਿ ਜਿਸ ਬੰਦੇ ਨਾਲ ਸਾਡੀ, ਅਸੀਂ ਵਿਆਹ ਕਰਾਉਣਾ, ਅਸੀਂ ਉਮਰ ਗੁਜ਼ਾਰਨੀ ਆ, ਉਹ ਉੱਥੇ ਸਾਡੇ ਕੋਲ ਜਿਹੜੀ ਵਰਦੀ ਚੋਣ ਆ ਉਹਦੀ ਆਜ਼ਾਦੀ ਹੋਣੀ ਚਾਹੀਦੀ ਹੈ ਜੀ। ਅਤੇ ਬਹੁਤ ਸਾਰੇ ਅਜਿਹੀਆਂ ਵੀਡੀਓਜ਼ ਜਾਂ ਮੇਰਾ ਨੇੜਲਾ ਅਨੁਭਵ ਆ ਕਿ ਉੱਥੇ ਜਾ ਕੇ ਬੱਚਿਆਂ ਦੇ ਮਨ ਬਦਲ ਜਾਂਦੇ ਆ। ਪਿੱਛੇ ਜੇ ਸੋਸ਼ਲ ਮੀਡੀਆ 'ਤੇ ਉਹ ਵੀਡੀਓ ਜਿਹਦੇ 'ਚ ਲੜਕੇ ਦੇ ਪੇਰੈਂਟਸ ਨੇ ਉਹ ਲੜਕੀ ਦਾ, ਜਿਹਦੇ ਨਾਲ ਉਹਦਾ ਫਰਜ਼ੀ ਜਾਂ ਕਾਗਜ਼ੀ ਵਿਆਹ ਹੋਇਆ ਸੀ, ਉਹਦਾ ਪਾਸਪੋਰਟ ਰੱਖ ਲਿਆ ਸੀ, ਕਿਉਂਕਿ ਲੜਕੀ ਉਹਨੂੰ ਨਾਪਸੰਦ ਕਰਦੀ ਸੀਗੀ। ਲੜਕਾ ਸ਼ਾਇਦ ਉਹਦੇ ਜਿਸ ਕਿਸਮ ਦੇ ਲੜਕੇ ਦੀ ਉਹ ਕਾਮਨਾ ਕਰਦੀ ਸੀ ਉਸ ਤਰ੍ਹਾਂ ਦਾ ਨਹੀਂ ਸੀਗਾ। ਅਤੇ ਕਿੰਨਾ ਕੁਝ ਹੋਇਆ, ਉਹ ਵਿੱਚ ਪੰਚਾਇਤ ਇਨਵੋਲਵ ਹੋਈ, ਹੈ ਨਾ, ਪੁਲਿਸ ਇਨਵੋਲਵ ਹੋਈ। ਹਾਲਾਂਕਿ ਵਿਆਹ ਜਿਹੜਾ ਸਾਡੇ ਲਈ ਉਹ ਬਹੁਤ ਸੀਕ੍ਰੇਟ ਆ, ਹੈ ਨਾ। ਅਸੀਂ ਮਤਲਬ ਜਿੱਥੇ ਵੀ ਸਾਡਾ ਵਿਆਹ ਹੁੰਦਾ, ਕਿਉਂਕਿ ਸਾਡੇ ਲਈ ਵਿਆਹ ਪੱਛਮ ਦੀ ਤਰ੍ਹਾਂ ਨਹੀਂ ਹੈਗਾ ਕਿ ਇੱਕ ਮਤਲਬ ਇੱਕ ਸਮੇਂ ਤੱਕ ਜਦੋਂ ਤੱਕ ਤੁਹਾਡੀ ਠੀਕ ਬਣ ਰਹੀ ਆ ਤਾਂ ਠੀਕ ਆ, ਅਤੇ ਜਦੋਂ ਨਹੀਂ ਬਣ ਰਿਹਾ ਤਾਂ ਫਿਰ ਵਿਆਹ ਜਿਹੜਾ ਉਹ ਬਹੁਤ ਆਸਾਨੀ ਨਾਲ ਡਿਵੋਰਸ ਹੋ ਸਕਦਾ। ਪੰਜਾਬ 'ਚ ਅਜੇ ਵੀ ਜਿਹੜਾ ਡਿਵੋਰਸ ਰੇਟ ਆ ਉਹ ਬਹੁਤ ਘੱਟ ਆ, ਕਿਉਂਕਿ ਸਾਡੇ ਲਈ ਇਹ ਰਿਸ਼ਤਾ ਹੈ ਜਿਹੜਾ ਸਿਰਫ ਉਹ ਜਿਸਮਾਨੀ ਨਹੀਂ ਹੈਗਾ, ਅਸੀਂ ਇਹਨੂੰ ਆਤਮਿਕ ਪੱਧਰ 'ਤੇ ਰੱਖ ਕੇ ਵੇਖਦੇ ਹਾਂ, ਕਿਉਂਕਿ ਗੁਰਬਾਣੀ 'ਚ ਜਿਹੜਾ ਬਿੰਬ ਆ ਉਹ ਪਤੀ ਪਤਨੀ ਦਾ ਹੈ, ਅਤੇ ਇਸ ਲਈ ਇਸ ਰਿਸ਼ਤੇ ਦੇ ਜਿਹੜੇ ਅਰਥ ਨੇ ਉਹ ਬਹੁਤ ਵੱਡੇ ਆ। ਅਤੇ ਉੱਥੇ ਜਾ ਕੇ ਇਹ ਰਿਸ਼ਤਾ ਕਿਵੇਂ ਤੀਲਾ ਤੀਲਾ, ਕਿਵੇਂ ਤਿਣਕਾ ਤਿਣਕਾ ਹੋ ਕੇ ਖੇਰੂ ਖੇਰੂ ਹੋ ਜਾਂਦਾ ਹੈ, ਇਹ ਸਹਿਣਾ ਔਰਤ ਲਈ ਵੀ ਬਹੁਤ ਮੁਸ਼ਕਿਲ ਆ, ਅਤੇ ਖਾਸ ਤੌਰ 'ਤੇ ਮਰਦ ਹੋਮੇ ਲਈ, ਹੈ ਨਾ, ਮਤਲਬ ਜਿਹੜੀ ਮੇਲ ਈਗੋ ਆ ਉਹਦੇ ਲਈ ਤਾਂ ਹੋਰ ਵੀ ਮੁਸ਼ਕਿਲ ਜੀ। ਡਾਕਟਰ ਸਾਹਿਬ, ਬਹੁਤ ਸਾਰੀਆਂ ਉਦਾਹਰਨਾਂ ਆਉਂਦੀਆਂ ਸਾਡੇ ਸਾਹਮਣੇ ਆਉਂਦੀਆਂ ਨੇ, ਹੈ ਨਾ, ਜਿਵੇਂ ਅਸੀਂ ਗੱਲ ਕੀਤੀ ਬਰਾਬਰੀ ਦੀ, ਤਾਂ ਖਾਸ ਕਰਕੇ ਜਦੋਂ ਪੰਜਾਬ ਦੇ ਵਿੱਚ, ਹੈ ਨਾ, ਬਹੁਤ ਘੱਟ ਮੁੰਡੇ ਨੇ ਜਿਹੜੇ ਰਸੋਈ ਦੇ ਵਿੱਚ ਜਾਂਦੇ ਹੋਣਗੇ। ਬਿਲਕੁਲ ਬਿਲਕੁਲ, ਹੈ ਨਾ, ਚਾਹੇ ਜਿਹੜੀ ਪਤਨੀ ਆ ਉਹ ਕੰਮ ਕਾਜੀ ਵੀ ਹੈ, ਸਾਨੂੰ ਹੁੰਦਾ ਵੀ ਇਹ ਰਸੋਈ ਇਹਦਾ ਹੀ ਕੰਮ ਹੈ, ਇਹਨੇ ਹੀ ਕਰਨਾ, ਹੈ ਨਾ। ਪਰ ਵਿਦੇਸ਼ਾਂ ਦੇ ਵਿੱਚ ਉੱਥੇ ਜਾ ਕੇ ਖੁਦ ਕੰਮ ਕਰਦੇ ਨੇ। ਔਰਤ ਨੂੰ ਨਾ ਇਹ ਜਿਹੜਾ ਸਵੈ ਸਤਿਕਾਰ ਆ, ਜਿਹੜਾ ਸੈਲਫ ਰਿਸਪੈਕਟ ਆ, ਬਿਲਕੁਲ ਬਿਲਕੁਲ, ਕਿ ਉੱਥੇ ਤੁਸੀਂ ਜਦੋਂ ਕੋਈ ਬਾਹਰੋਂ ਆਏ ਲੋਕ ਨੇ, ਤੁਸੀਂ ਉਹਨਾਂ ਨੂੰ ਵਿਆਹਾਂ 'ਚ ਵੇਖਦੇ ਹੋ, ਤਾਂ ਬੱਚਾ ਆ ਜਿਹੜਾ ਉਹ ਹਮੇਸ਼ਾ ਆਪਣੇ ਪਿਤਾ ਕੋਲ ਹੀ ਹੁੰਦਾ, ਅਤੇ ਔਰਤ ਬਹੁਤ ਆਰਾਮ ਨਾਲ ਆਪਣੇ ਕੱਪੜੇ ਗਹਿਣੇ ਪਾ ਕੇ ਬੈਠੀ ਹੋਈ ਹੁੰਦੀ ਹੈ। ਪੰਜਾਬ 'ਚ ਨਹੀਂ ਸੀ ਇਹ ਬਿਲਕੁਲ ਠੀਕ ਆ ਕਿ ਇਹ ਵਰਤਾਰਾ ਆ ਜਿਹੜਾ ਹਾਂ ਪੱਖੀ ਆ ਕਿ ਰਸੋਈ ਦੇ ਕੰਮ ਤੋਂ ਲੈ ਕੇ ਬੱਚਿਆਂ ਨੂੰ ਸੰਭਾਲਣ ਤੱਕ ਮਰਦ ਨੇ ਔਰਤ ਦਾ ਸਾਥ ਦਿੱਤਾ, ਕਿਉਂਕਿ ਉੱਥੇ ਕੋਈ ਡੋਮੈਸਟਿਕ ਹੈਲਪ ਨਹੀਂ ਹੈ ਜੀ। ਉੱਥੇ ਤੁਸੀਂ ਖਾਣਾ ਬਣਾਉਣ ਤੋਂ ਲੈ ਕੇ ਬੱਚੇ ਸੰਭਾਲਣ ਤੋਂ ਲੈ ਕੇ ਆਪਣੀ ਜੌਬ ਤਾਂ ਕਰਨੀ ਹੋਈ ਆ, ਬਾਕੀ ਸਾਰੇ ਕੰਮ ਵੀ ਨਾਲ ਕਰਦੇ ਨੇ, ਕਿਉਂਕਿ ਜੇ ਤੁਸੀਂ ਉੱਥੇ ਇੰਨਾ ਕੰਮ ਨਹੀਂ ਕਰਦੇ ਤਾਂ ਫਿਰ ਉੱਥੇ ਤੁਹਾਡਾ ਗੁਜ਼ਾਰਾ ਬਹੁਤ ਮੁਸ਼ਕਿਲ ਆ, ਹੈ ਨਾ। ਪੰਜਾਬੀ ਲੜਕਿਆਂ ਨੇ ਉੱਥੇ ਅਜਿਹੇ ਕੰਮ ਵੀ ਕੀਤੇ ਨੇ ਜਿਹੜੇ ਇੱਥੇ ਹੋਣ ਤਾਂ ਉਹ ਕਦੇ ਵੀ ਨਾ ਕਰਨ ਜੀ, ਹੈ ਨਾ। ਇੱਥੇ ਉਹਨਾਂ ਦੇ ਵਕਾਰ ਦਾ ਸਵਾਲ ਬਣੀਆਂ ਰਹਿੰਦੀਆਂ ਨੇ ਉਹ ਗੱਲਾਂ, ਜਿਹੜੀਆਂ ਉੱਥੇ ਜਾ ਕੇ ਬਹੁਤ ਆਰਾਮ ਨਾਲ ਕਰ ਲੈਂਦੇ। ਡਾਕਟਰ ਸਾਹਿਬ, ਘਰੇਲੂ ਹਿੰਸਾ ਇੱਕ ਬਹੁਤ ਗੰਭੀਰ ਮੁੱਦਾ, ਬਿਲਕੁਲ,
ਤੇ ਵਿਦੇਸ਼ਾਂ ਤੋਂ ਵੀ ਕਈ ਵਾਰ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਹਨਾ ਇਸੇ ਇੱਕ ਸੱਚੀ ਘਟਨਾ ਤੇ ਬਾਲੀਵੁੱਡ ਦੇ ਵਿੱਚ ਇੱਕ ਫਿਲਮ ਵੀ ਬਣੀ ਜਿਹਦੇ ਵਿੱਚ ਐਸ਼ਵਰੀਆ ਰਾਏ ਨੇ ਮੁੱਖ ਭੂਮਿਕਾ ਨਿਭਾਈ ਸੀ ਹਨਾ ਤਾਂ ਬਹੁਤ ਸਾਰੀਆਂ ਸਾਡੀਆਂ ਜਿਹੜੀਆਂ ਮੁਟਿਆਰਾਂ ਨੇ ਉਹ ਹਿੰਸਾ ਦਾ ਸ਼ਿਕਾਰ ਵੀ ਹੋ ਰਹੀਆਂ ਨੇ ਹਾਂਜੀ ਉੱਥੇ ਵੀ ਜਾ ਕੇ ਤਾਂ ਕਈ ਵਾਰ ਬੱਚਿਆਂ ਨੂੰ ਜਾਣਕਾਰੀ ਨਹੀਂ ਹੁੰਦੀ ਹਾਂਜੀ ਉਸ ਬਾਬਤ ਜੇ ਅਸੀਂ ਇਸ ਪੱਖ ਤੋਂ ਦੇਖਦੇ ਹਾਂ ਤਾਂ ਤੁਹਾਨੂੰ ਕੀ ਲੱਗਦਾ ਕਿ ਘਰੇਲੂ ਹਿੰਸਾ ਜਿਹੜੀ ਹੈ ਉਹ ਕਿਸ ਪੱਧਰ ਤੱਕ ਜਿਹੜੀ ਹੈ ਉਹ ਵਿਦੇਸ਼ਾਂ ਦੇ ਵਿੱਚ ਹੁੰਦੀ ਹੈ ਜਾਂ ਉਹਦਾ ਰੇਟ ਜਿਹੜੀ ਰੇਸ਼ੋ ਦੋਨੇ ਪਾਸੇ ਬਰਾਬਰ ਹੈ ਰਣਦੀਪ ਜਿਹੜਾ ਔਰਤ ਅਤੇ ਮਰਦ ਦਾ ਤਕਰਾਰ ਹੈ ਜਦੋਂ ਤੁਸੀਂ ਪ੍ਰਵਾਸੀ ਕਵਿਤਰੀਆਂ ਨੇ ਜਿਹੜੀ ਉਹਨਾਂ ਦੀ ਪੋਇਟਰੀ ਪੜ੍ਹਦੇ ਹੋ ਤਾਂ ਉਹਦੇ 'ਚ ਬਿਲਕੁਲ ਬਹੁਤ ਤਿੱਖੇ ਰੂਪ 'ਚ ਵਿਆਪਕ ਆ ਜੀ ਉੱਥੇ ਇਹ ਨਹੀਂ ਹੈਗਾ ਕਿ ਜੇ ਮਰਦ ਔਰਤਾਂ ਦੇ ਨਾਲ ਬਰਾਬਰ ਕੰਮ ਕਰ ਰਹੇ ਨੇ ਤਾਂ ਉਹਨਾਂ 'ਚ ਕੋਈ ਟਕਰਾਵ ਨਹੀਂ ਹੈਗਾ ਇੱਕ ਤਾਂ ਇਹ ਆ ਕਿ ਸਾਡਾ ਜਿਹੜਾ ਅਵਚੇਤਨ ਆ ਨਾ ਅਸੀਂ ਉਹਦੇ ਤੋਂ ਬਹੁਤ ਜਲਦੀ ਖਹਿੜਾ ਨਹੀਂ ਛੁਡਾ ਸਕਦੇ ਜਿਹੜੀਆਂ ਕਦਰਾਂ ਕੀਮਤਾਂ ਨੂੰ ਲੈ ਕੇ ਅਸੀਂ ਪਲਦੇ ਹਾਂ ਜਿਹੜੀਆਂ ਕਦਰਾਂ ਕੀਮਤਾਂ ਨੂੰ ਲੈ ਕੇ ਅਸੀਂ ਵੱਡੇ ਹੁੰਦੇ ਹਾਂ ਇਸੇ ਲਈ ਜਿਹੜਾ ਮੇਜ਼ਬਾਨ ਸੱਭਿਆਚਾਰ ਆ ਅਤੇ ਮਾਲ ਜਿਹੜਾ ਆਵਾਸ ਅਤੇ ਪ੍ਰਵਾਸ ਦਾ ਜਿਹੜਾ ਦਬੰਧ ਆ ਉਹ ਹਮੇਸ਼ਾ ਬਣਿਆ ਰਹਿੰਦਾ ਉੱਥੇ ਇਹ ਨਹੀਂ ਹੈਗਾ ਕਿ ਔਰਤ ਅਤੇ ਮਰਦ 'ਚ ਤਕਰਾਰ ਨਹੀਂ ਹੈਗਾ ਖਾਸ ਤੌਰ 'ਤੇ ਇਹਦੇ 'ਚ ਮੈਂ ਇਹ ਗੱਲ ਐਡ ਕਰਨਾ ਚਾਹੁੰਦੀ ਹਾਂ ਕਿ ਕੁਝ ਬੱਚੇ ਅਜਿਹੇ ਹੁੰਦੇ ਆ ਜਿਹੜੇ ਪੈਦਾ ਹੀ ਕੈਨੇਡਾ ਅਮਰੀਕਾ ਵਰਗੇ ਦੇਸ਼ਾਂ 'ਚ ਹੁੰਦੇ ਆ ਅਤੇ ਉਹਨਾਂ ਦੇ ਮਾਂ ਬਾਪ ਦੀ ਇੱਛਾ ਹੁੰਦੀ ਆ ਕਿ ਉਹਨਾਂ ਦਾ ਵਿਆਹ ਜਿਹੜਾ ਉਹ ਪੰਜਾਬੀ ਕੁੜੀ ਨਾਲ ਕਰਨ ਪੰਜਾਬ 'ਚ ਪੈਦਾ ਹੋਈ ਪੰਜਾਬ 'ਚ ਪਲੀ ਬੜੀ ਪੰਜਾਬ 'ਚ ਪੜ੍ਹਾਈ ਕੀਤੀ ਕੁੜੀ ਨਾਲ ਕਰਨ ਤਾਂ ਕਿ ਉਹ ਪੰਜਾਬੀਅਤ ਨੂੰ ਕਿਸੇ ਨਾ ਕਿਸੇ ਰੂਪ 'ਚ ਜ਼ਿੰਦਾ ਰੱਖ ਸਕਣ ਹੈਨਾ ਉਹਨਾਂ ਦਾ ਜਿਹੜਾ ਕਿਉਂਕਿ ਜਦੋਂ ਤੁਸੀਂ ਜਾਣਦੇ ਹੋ ਤੁਹਾਡਾ ਆਪਣੀ ਭਾਸ਼ਾ ਨਾਲੋਂ ਆਪਣੇ ਧਰਮ ਨਾਲੋਂ ਕਿਉਂਕਿ ਇਹ ਚੀਜ਼ਾਂ ਸਾਡੀ ਪਛਾਣ ਨਾਲ ਜੁੜੀਆਂ ਹੁੰਦੀਆਂ ਨੇ ਉਹਨਾਂ ਨਾਲੋਂ ਸਾਡਾ ਮੋਹ ਭੰਗ ਨਹੀਂ ਹੁੰਦਾ ਅਤੇ ਉਹ ਹਰ ਹੀਲਾ ਵਸੀਲਾ ਵਰਤਦੇ ਨੇ ਅਤੇ ਇਹਦਾ ਹੀ ਇੱਕ ਹੋਰ ਰੂਪ ਆ ਕਿ ਜਿਹੜੇ ਪ੍ਰਵਾਸੀ ਪੰਜਾਬੀ ਨੇ ਜੇ ਤੁਸੀਂ ਉਹਨਾਂ ਦੇ ਬੱਚਿਆਂ ਦੇ ਵਿਆਹ ਵੇਖੋ ਤਾਂ ਸਾਰੀਆਂ ਰਸਮਾਂ ਕੀਤੀਆਂ ਜਾਂਦੀਆਂ ਨੇ ਜਿਹੜੀਆਂ ਅਸੀਂ ਪੰਜਾਬ 'ਚ ਰਹਿਣ ਵਾਲੇ ਲੋਕ ਸ਼ਾਇਦ ਕਿਧਰੇ ਭੁੱਲ ਵੀ ਜਾਂਦੇ ਹੋਈ ਉੱਥੇ ਰਣਦੀਪ ਦਵਾਂਦੇ ਹਾਂ ਕਿ ਉਹ ਬੱਚੇ ਬਾਹਰਲੇ ਦੇਸ਼ਾਂ 'ਚ ਪੈਦਾ ਹੋਏ ਨੇ ਹੈ ਨਾ ਉੱਥੋਂ ਦੇ ਕਲਚਰ 'ਚ ਉਹ ਵੱਡੇ ਹੁੰਦੇ ਨੇ ਅਤੇ ਇੱਕ ਬੱਚੀ ਜਿਹੜੀ ਇੱਥੋਂ ਵਾਲੇ ਕਲਚਰ 'ਚੋਂ ਜਾਂਦੀ ਹੈ ਉੱਥੇ ਸੱਭਿਆਚਾਰਕ ਪਾੜ ਆ ਜਿਹੜਾ ਬਹੁਤ ਜ਼ਿਆਦਾ ਅਤੇ ਉਹ ਲੜਕੀਆਂ ਮਤਲਬ ਬਹੁਤ ਜ਼ਿਆਦਾ ਤਣਾਅ 'ਚ ਰਹਿੰਦੀਆਂ ਨੇ ਕਿਉਂਕਿ ਉਹਨਾਂ ਨੇ ਜਿਸ ਵਾਤਾਵਰਨ 'ਚੋਂ ਪਲੀਆਂ ਨੇ ਜਿਸ ਵਾਤਾਵਰਨ 'ਚੋਂ ਵੱਡੀਆਂ ਹੋਈਆਂ ਨੇ ਉਹ ਵਾਪਸ ਆਉਣ ਦਾ ਨਹੀਂ ਸੋਚਦੀ ਜੀ ਉਹਨਾਂ ਨੇ ਵਾਪਸ ਨਹੀਂ ਆਉਣਾ ਉਹ ਹਰ ਸੰਭਵ ਕੋਸ਼ਿਸ਼ ਕਰਦੀਆਂ ਨੇ ਕਿ ਉਹ ਉਸ ਰਿਸ਼ਤੇ ਨੂੰ ਨਿਭਾ ਸਕਣ ਪਰ ਉਸ ਰਿਸ਼ਤੇ ਨੂੰ ਨਿਭਾਉਣ ਲਈ ਉਹਨਾਂ ਨੂੰ ਬਹੁਤ ਵੱਡੀਆਂ ਕੀਮਤਾਂ ਨੇ ਜਿਹੜੀਆਂ ਉਹ ਚੁਕਾਉਣੀਆਂ ਪੈਂਦੀਆਂ ਨੇ ਕਿ ਉਹਨਾਂ ਦੀ ਪਸੰਦ ਮੁਤਾਬਕ ਉਹਨਾਂ ਦੀ ਨਾਪਸੰਦ ਮੁਤਾਬਕ ਆਪਣੇ ਆਪ ਨੂੰ ਇੱਕ ਖਾਸ ਕਿਸਮ ਦਾ ਜਿਹੜਾ ਸਾਂਚਾ ਆ ਉਹਦੇ ਵਿੱਚ ਢਾਲ ਸਕੇ ਜੀ ਡਾਕਟਰ ਸਾਹਿਬ ਇਹ ਵਿਸ਼ਾ ਬਹੁਤ ਗੰਭੀਰ ਹੈ ਹਾਂਜੀ ਸਾਡੀਆਂ ਬੱਚੀਆਂ ਜਦੋਂ ਵਿਦੇਸ਼ਾਂ ਜਾਂਦੀਆਂ ਨੇ ਉੱਥੇ ਵਿਆਹ ਹੁੰਦੇ ਆ ਜਾਂ ਕਈ ਵਾਰ ਅਸੀਂ ਵਿਆਹ ਤੋਂ ਬਾਅਦ ਹੀ ਜਦੋਂ ਬੱਚੀਆਂ ਬਾਹਰ ਜਾਂਦੀਆਂ ਨੇ ਖਾਸ ਕਰਕੇ ਜਿਹੜੀ ਪੰਜਾਬ ਦੀ ਨਵੀਂ ਪੀੜ੍ਹੀ ਜਿਹੜੀ ਵਿਦੇਸ਼ਾਂ ਦੇ ਵਿੱਚ ਪੜ੍ਹ ਰਹੀ ਹੈ ਹਾਂਜੀ ਬੱਚੇ ਉੱਧਰ ਜਾ ਕੇ ਪੈਦਾ ਹੋ ਰਹੇ ਨੇ ਹਾਂਜੀ ਉਹ ਵੀ ਇੱਕ ਜਿਹੜਾ ਹੈ ਬਹੁਤ ਵੱਡਾ ਦੁਖਾਂਤ ਵਾਪਰ ਰਿਹਾ ਕਿ ਮਾਪੇ ਪੰਜਾਬੀ ਨੇ ਅਤੇ ਉਹ ਇਹ ਚਾਹੁੰਦੇ ਆ ਕਿ ਜਿਸ ਤਰ੍ਹਾਂ ਦਾ ਸਤਿਕਾਰ ਅਸੀਂ ਆਪਣੇ ਮਾਪਿਆਂ ਨੂੰ ਦਿੱਤਾ ਉਹੀ ਸਾਨੂੰ ਬੱਚਿਆਂ ਤੋਂ ਮਿਲੇ ਬੱਚਿਆਂ ਦਾ ਮਾਹੌਲ ਬਿਲਕੁਲ ਵੱਖਰਾ ਹੋ ਗਿਆ ਬਿਲਕੁਲ ਰਣਦੀਪ ਮੈਂ ਇਸੇ ਕਰਕੇ ਸ਼ਾਇਦ ਉਹ ਚਾਹੁੰਦੇ ਹੁੰਦੇ ਆ ਕਿ ਕੁੜੀਆਂ ਜਿਹੜੀਆਂ ਨੇ ਜਦੋਂ ਉਹਨੇ ਆਪਣੇ ਬੱਚੇ ਵਿਆਹਣੇ ਆ ਤਾਂ ਕਹਿੰਦੇ ਆ ਕਿ ਪੰਜਾਬ ਦੀਆਂ ਕੁੜੀਆਂ ਨਾਲ ਵਿਆਹ ਕਰਕੇ ਜਾਣ ਹਾਂਜੀ ਹਾਂਜੀ ਮੈਂ ਇਸੇ ਵਿਸ਼ੇ 'ਤੇ ਆਉਣਾ ਚਾਹੁੰਦੀ ਸੀ ਮੇਰੀ ਫਰੈਂਡ ਆਈ ਉਹ ਕੈਨੇਡਾ ਰਹਿੰਦੀ ਲੰਬੇ ਸਮੇਂ ਤੋਂ ਮੈਂ ਉਹਦੇ ਤੋਂ ਪੁੱਛਿਆ ਸੁਭਾਵਿਕ ਆਪਾਂ ਪੁੱਛਦੇ ਹਾਂ ਕਿ ਬੱਚੇ ਨਹੀਂ ਆਏ ਨਾਲ ਤਾਂ ਉਹਨੇ ਮੈਨੂੰ ਬਹੁਤ ਦੁੱਖ ਨਾਲ ਇਹ ਗੱਲ ਦੱਸੀ ਕਿ ਮੇਰੇ ਬੱਚੇ ਆਉਣਾ ਨਹੀਂ ਚਾਹੁੰਦੇ ਅੱਛਾ ਮਤਲਬ ਉਹਦੇ ਫਾਦਰ ਬਿਮਾਰ ਸੀਗੇ ਉਹਨਾਂ ਦਾ ਡਾਇਲਸਿਸ ਹੋ ਰਿਹਾ ਸੀਗਾ ਅਤੇ ਉਹ ਆਪਣੇ ਫਾਦਰ ਨੂੰ ਮਿਲਣ ਲਈ ਆਈ ਅਤੇ ਉਹ ਮਤਲਬ ਤੁਸੀਂ ਇਹ ਵੇਖੋ ਕਿ ਉਹ ਬੰਦਾ ਜਿਹਦੇ ਉਹ ਔਰਤ ਸਾਡੇ ਸਮਾਜ 'ਚ ਨਾ ਪੰਜਾਬੀ ਸੱਭਿਆਚਾਰ 'ਚ ਔਰਤ 'ਤੇ ਭਾਵੇਂ ਔਰਤ ਨੂੰ ਭਾਵੇਂ ਕਿਸੇ ਕਿਸਮ ਦਾ ਵੀ ਤਸ਼ੱਦਦ ਕਿਉਂ ਨਾ ਸਹਿਣਾ ਪਿਆ ਹੋਵੇ ਪਰ ਮਾਂ ਦੇ ਰੂਪ 'ਚ ਔਰਤ ਬਹੁਤ ਤਾਕਤਵਰ ਅਤੇ ਪ੍ਰਵਾਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉੱਥੇ ਮਾਂ ਦੇ ਰੂਪ 'ਚ ਔਰਤ ਉਸ ਤਰ੍ਹਾਂ ਤਾਕਤਵਰ ਨਹੀਂ ਹੈਗੀ ਤੁਸੀਂ ਵੇਖੋ ਜਦੋਂ ਇੱਕ ਮਾਂ ਇਹ ਬੇਵਸੀ ਪ੍ਰਗਟ ਕਰਦੀ ਹੈ ਕਿ ਮੇਰੇ ਬੱਚੇ ਪੰਜਾਬ ਆਉਣ ਨੂੰ ਤਿਆਰ ਨਹੀਂ ਹੈ ਖਾਸ ਤੌਰ 'ਤੇ ਉਸ ਸਮੇਂ 'ਚ ਜਦੋਂ ਉਸ ਔਰਤ ਦੇ ਪਿਤਾ ਬਿਮਾਰ ਆ ਅਤੇ ਇਹ ਵੀ ਪਤਾ ਨਹੀਂ ਕਿ ਉਹ ਕਿੰਨੇ ਦਿਨ ਜੀਊਗਾ ਅਤੇ ਉਹ ਇਕੱਲੀ ਆ ਰਹੀ ਅਤੇ ਬੱਚੇ ਦੂਸਰੀ ਗੱਲ ਇਹ ਦੂਸਰਾ ਜਿਹੜੀ ਬਹੁਤ ਵੱਡੀ ਚਿੰਤਾ ਕਿ ਉਹ ਬੱਚੇ ਵਿਆਹ ਨਹੀਂ ਕਰਾਉਣਾ ਚਾਹੁੰਦੇ
ਉਹਨਾਂ ਕੋਲ ਹੋਰ ਬਹੁਤ ਸਾਰੀਆਂ ਜਿਵੇਂ ਲਿਵ ਇਨ ਰਿਲੇਸ਼ਨਸ਼ਿਪਸ ਨੇ, ਉਹਨਾਂ ਦੀਆਂ ਗਰਲਫ੍ਰੈਂਡਸ ਨੇ, ਹੈ ਨਾ, ਉਹਨਾਂ ਕੋਲ ਬਹੁਤ ਸਾਰੀਆਂ ਆਪਸ਼ਨਸ ਨੇ ਜੀ। ਮੈਂ ਉਹਦੇ ਤੋਂ ਪੁੱਛਿਆ ਕਿ ਤੇਰੇ ਬੱਚੇ ਬਾਕੀ ਚੀਜ਼ਾਂ ਬਾਰੇ ਕਿਵੇਂ ਸੋਚਦੇ, ਉਹਨੇ ਦੱਸਿਆ ਕਿ ਉਹ ਵਿਆਹ ਨਹੀਂ ਕਰਾਉਣਾ ਚਾਹੁੰਦੇ। ਅਤੇ ਕਿਉਂ ਨਹੀਂ ਕਰਾਉਣਾ ਚਾਹੁੰਦੇ ਤਾਂ ਉਹ ਇਹ ਕਹਿੰਦੇ ਆ ਕਿ ਅਸੀਂ ਵਿਆਹ ਕਿਸੇ ਇਹੋ ਜਿਹੀ ਕੁੜੀ ਨਾਲ ਕਰਾਵਾਂਗੇ ਜਿਹੜੀਆਂ ਬਹੁਤ ਛੋਟੇ ਕੱਪੜੇ ਪਾਉਣਗੀਆਂ, ਜਿਹੜੀਆਂ ਟੈਟੂ ਬਣਾਉਣਗੀਆਂ, ਅਤੇ ਫਿਰ ਉਹ ਤੁਹਾਨੂੰ ਪਸੰਦ ਨਹੀਂ ਆਉਣਗੇ, ਨਹੀਂ ਆਉਣਗੀਆਂ। ਅਤੇ ਉਹ ਕਹਿੰਦੀ ਹੈ ਕਿ ਮੇਰੀ ਪਸੰਦ ਨਾ ਪਸੰਦ ਦੀ ਕੋਈ ਗੱਲ ਨਹੀਂ, ਤੁਸੀਂ ਘੱਟੋ ਘੱਟ ਵਿਆਹ ਤਾਂ ਕਰਾ ਲਓ। ਕਿਉਂਕਿ ਹਰ ਪੰਜਾਬੀ ਮਾਪਾ ਆ ਨਾ ਜਿਹੜਾ ਉਹ ਬੱਚੇ ਦੇ ਵਿਆਹ ਦਾ ਸੁਪਨਾ ਵੇਖਦਾ ਜੀ, ਅਤੇ ਉੱਥੇ ਲਈ ਉੱਥੇ ਜਿਹੜੇ ਪੈਦਾ ਹੋਏ ਆ ਵੱਡੇ ਹੋਏ ਬੱਚੇ ਆ ਉਹਨਾਂ ਲਈ ਵਿਆਹ ਜਿਹੜਾ ਉਹ ਬੇਮਾਇਨਾ ਹੁੰਦਾ ਜਾ ਰਿਹਾ। ਬਿਲਕੁਲ ਬਿਲਕੁਲ, ਸਾਡੇ ਲਈ ਇਹ ਚੀਜ਼ਾਂ ਨੇ ਜਿਹੜੀਆਂ ਉਹ ਬਿਲਕੁਲ ਵੱਖਰੀ ਤਰ੍ਹਾਂ ਦੇ ਅਰਥ ਰੱਖਦੀਆਂ ਨੇ, ਅਤੇ ਉਹਨਾਂ ਲਈ ਉਹ ਬਿਲਕੁਲ ਬੇਮਾਇਨਾ ਹੋਣ ਦੀ ਕਗਾਰ 'ਤੇ ਜਾ ਰਹੀਆਂ। ਡਾਕਟਰ ਸਾਹਿਬ, ਜਦੋਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਹੈ ਨਾ ਥੋੜ੍ਹੇ ਜਿਹੇ, ਹਾਂਜੀ, ਤੁਸੀਂ ਦੱਸਿਆ ਸੀ ਕਿ ਕਿਸੇ ਹੋਸਪਿਟਲ ਦੇ ਵਿੱਚ ਤੁਹਾਨੂੰ ਇੱਕ ਬਜ਼ੁਰਗ ਬੀਬੀ ਮਿਲੇ। ਹਾਂਜੀ ਹਾਂ, ਉਹਨਾਂ ਨੇ ਆਪਣੀ ਬੱਚੀ ਬਾਬਤ ਗੱਲ ਕੀਤੀ ਸੀ ਕਿ ਮਾਵਾਂ ਵੀ ਧੀਆਂ ਤੋਂ ਪਰੇਸ਼ਾਨ ਨੇ। ਬਿਲਕੁਲ, ਜਿਹੜਾ ਸਾਡੇ ਸੱਭਿਆਚਾਰ 'ਚ ਬਹੁਤ ਨੇੜਲਾ ਰਿਸ਼ਤਾ ਆ, ਹੈ ਨਾ, ਮਾਂ ਧੀ ਦਾ, ਮਾਂ ਅਤੇ ਧੀ ਦੀ ਦੋਸਤੀ ਹੈ ਜਿਹੜੀ, ਹੈ ਨਾ, ਉਹਦੇ ਮੇਰੇ ਪਾਪਾ ਨੂੰ ਹਾਰਟ ਅਟੈਕ ਹੋ ਗਿਆ ਸੀ ਅਤੇ ਅਸੀਂ ਡੀ ਐੱਮ ਸੀ 'ਚ ਸੀਗੇ। ਉਹ ਬਜ਼ੁਰਗ ਨਹੀਂ ਸੀ, ਉਹ ਜਵਾਨ ਔਰਤ ਸੀ ਅਤੇ ਉਹਦੇ ਸਿਰਫ 8 ਸਾਲ ਦੀ ਬੱਚੀ ਸੀ। ਅੱਛਾ। ਹਾਂਜੀ, ਉਹ ਇੱਥੋਂ ਬੀ ਐੱਡ ਕਰਕੇ ਗਈ ਸੀ ਅਤੇ ਉੱਥੇ ਮਤਲਬ ਅੱਛੀ ਨੌਕਰੀ ਕੀਤੀ ਉਹਨੇ, ਉਹਨਾਂ ਦਾ ਟੈਸਟ ਵਗੈਰਾ ਦਿੱਤਾ ਅਤੇ ਇੱਥੇ ਉਹਦੇ ਮਦਰ ਕਿਉਂਕਿ ਬਿਮਾਰ ਸੀਗੇ, ਉਹ ਆਈ ਹੋਈ ਸੀਗੀ। ਉਹ ਗੱਲ ਮਤਲਬ ਜਿਸ ਤਰ੍ਹਾਂ ਆਪਣੇ ਸਾਰੇ ਪੰਜਾਬੀਆਂ ਦਾ ਸੁਭਾਅ ਆਪਾਂ ਬੈਠੇ ਗੱਲਬਾਤ ਕਰਦੇ ਹਾਂ, ਤਾਂ ਉਹਨੇ ਦੱਸਿਆ ਕਿ ਮੇਰੀ ਹੁਣ ਬਹੁਤ ਵੱਡੀ ਇੱਛਾ ਆ ਕਿ ਮੈਂ ਮਤਲਬ ਕੈਨੇਡਾ ਤੋਂ ਇਹ ਸੋਚ ਕੇ ਚੱਲੀ ਸੀ ਕਿ ਮੈਂ ਦਿੱਲੀ ਏਅਰਪੋਰਟ 'ਤੇ ਉਤਰਦੇ ਸਾਰ ਆਪਣੀ ਧੀ ਨੂੰ ਦੋ ਵੱਟ ਕੇ ਥੱਪੜ ਮਾਰ। ਤੁਸੀਂ ਸੋਚੋ ਕਿ ਕਿੰਨੀ ਕਿੰਨੀ ਜ਼ਿਆਦਾ ਫਰਸਟ੍ਰੇਸ਼ਨ ਹੋਣੀ ਉਹਦੇ ਅੰਦਰ। ਉਹ ਮਾਂ ਆ ਅਤੇ ਉੱਥੋਂ ਚੱਲਣ ਲੱਗੇ ਇਹ ਸੋਚ ਕੇ ਚੱਲਦੀ ਹੈ, ਕਿਉਂ ਪਤਾ ਨਹੀਂ ਉਹ ਕਿੰਨੀ ਤੰਗ ਆ ਚੁੱਕੀ ਹੋਣੀ। ਦੇਖੋ, ਜਿਹੜੀਆਂ ਪਦਾਰਥਕ ਸੁੱਖ ਸਹੂਲਤਾਂ ਨੇ ਵਿਦੇਸ਼ ਦੀਆਂ, ਜਿਨ੍ਹਾਂ ਦੀ ਚਕਾ ਚੌਂਹ 'ਚ ਪੰਜਾਬੀ ਬੱਚੇ ਪ੍ਰਵਾਸ ਕਰ ਰਹੇ ਨੇ, ਉਹਨਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਹੈ ਨਾ। ਵੱਡੀਆਂ ਗੱਡੀਆਂ ਨੇ, ਰਹਿਣ ਲਈ ਸੋਹਣੇ ਘਰ ਨੇ, ਜਿਨ੍ਹਾਂ ਦੀਆਂ ਵੀਡੀਓਜ਼ ਉਹ ਬਣਾ ਕੇ ਪਾਉਂਦੇ ਨੇ, ਜਿਹੜੀਆਂ ਦੂਸਰੇ ਬੱਚਿਆਂ ਨੂੰ ਅਟਰੈਕਟ ਕਰਦੀਆਂ ਨੇ, ਪਰ ਉਹ ਸਭ ਕੁਝ ਹਾਸਲ ਕਰਨ ਲਈ ਉਹ ਕਿੰਨੀ ਮਿਹਨਤ ਕਰਦੇ ਨੇ। ਇੱਥੇ ਰਹਿੰਦੇ ਬੱਚਿਆਂ ਨੂੰ ਉਸ ਗੱਲ ਦਾ ਆਭਾਸ ਨਹੀਂ ਹੁੰਦਾ ਜੀ, ਹੈ ਨਾ। ਜੇ ਇੱਥੇ ਰਹਿੰਦੇ ਬੱਚੇ, ਉਹ ਉੱਥੇ ਜਾ ਕੇ ਅਸੀਂ ਕਿਸੇ ਕੰਮ ਨੂੰ ਵੱਡਾ ਛੋਟਾ ਨਹੀਂ ਸਮਝਦੇ, ਇੱਥੇ ਰਹਿ ਕੇ ਅਸੀਂ ਬਹੁਤ ਸਾਰੇ ਕੰਮ ਨਹੀਂ ਕਰਦੇ, ਸਾਡੇ ਵਕਾਰ ਦਾ ਸਵਾਲ ਖੜਾ ਹੋ ਜਾਂਦਾ, ਹੈ ਨਾ। ਇਹ ਵੇਖਣ ਵਾਲਾ ਮਸਲਾ ਆ। ਇੱਕ ਗੱਲ ਇਹ ਹੈ ਰਣਦੀਪ, ਕਿ ਜੇ ਮਤਲਬ ਸਾਡੀ ਜਨਮ ਭੂਮੀ 'ਤੇ ਕੋਈ ਵਿਪਤਾ ਬਣ ਜਾਂਦੀ ਹੈ ਤਾਂ ਇਹ ਥੋੜ੍ਹੀ ਆ ਕਿ ਅਸੀਂ ਉਹਨੂੰ ਛੱਡ ਕੇ ਦੌੜ ਲਈਦਾ। ਪੰਜਾਬੀ ਤਾਂ ਹਮੇਸ਼ਾ ਮੁਸੀਬਤਾਂ ਨਾਲ ਮੱਥਾ ਲੈਣ ਲਈ ਜਾਣ ਜਾਂਦੇ ਹਾਂ, ਅਤੇ ਜੇ ਫਰਜ਼ ਕਰੋ ਕਿ ਸਾਡੇ ਕੋਲ ਕੁਝ ਸਮੱਸਿਆਵਾਂ ਹੈਗੀਆਂ ਵੀ ਨੇ, ਤਾਂ ਫਿਰ ਇਹ ਨਹੀਂ ਹੈਗਾ ਕਿ ਅਸੀਂ ਆਪਣੀ ਜੰਮਣ ਭੋਏ ਨੂੰ ਛੱਡ ਕੇ ਦੌੜ ਜਾਈਏ ਜੀ। ਅਤੇ ਉੱਥੇ ਨਾਲੇ ਅਸੀਂ ਤਾਂ ਮੰਨਦੇ ਹਾਂ ਕਿ ਜੋ ਸੁੱਖ ਛੱਜੂ ਦੇ ਚੁਬਾਰੇ ਨਾ ਬਲਕ ਬਲਕ ਨਾ। ਉਂਝ ਵੀ ਮੈਮ ਕਹਿੰਦੇ ਨੇ ਕਿ ਪੰਜਾਬ ਦੇ ਜੰਮਿਆਂ ਨੂੰ ਤਾਂ ਨਿੱਤ ਮਹਿਮਾਨ। ਹਾਂਜੀ, ਅਸੀਂ ਬਹੁਤ ਸਾਰੀਆਂ ਮਹਿਮਾਨ ਨੂੰ ਜਰੇ। ਜੇ ਅਸੀਂ ਸਾਡੇ ਸੱਭਿਆਚਾਰ ਦੀ ਵੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ ਸਿਥੀਅਨ, ਆਰੀਅਨ, ਦਰਾਵੜ, ਕਿੰਨਾ ਲੰਬਾ ਸਮਾਂ ਮੁਗਲ ਰਹੇ, ਹੈ ਨਾ। ਅਸੀਂ ਉਹਨਾਂ 'ਚੋਂ ਵੀ ਉਹਨਾਂ ਸੱਭਿਆਚਾਰਾਂ 'ਚੋਂ ਵੀ ਜੋ ਕੁਝ ਚੰਗਾ ਸੀਗਾ ਅਸੀਂ ਉਹਨੂੰ ਅਪਣਾ ਲਿਆ, ਅਤੇ ਹੁਣ ਅਸੀਂ ਆਪਣੀ ਜੰਮਣ ਭੋਏ ਨੂੰ ਛੱਡ ਕੇ ਕਿਉਂ ਜਾਣਾ ਜੀ। ਮਤਲਬ ਅਸੀਂ ਕਦੇ ਲੰਬੇ ਪੰਜਾਬ, ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਭਾਰਤ ਦਾ ਪ੍ਰਵੇਸ਼ ਦੁਆਰ ਆ, ਹਮਲਾਵਰ ਇੱਥੋਂ ਹੋ ਕੇ ਲੰਘਦੇ ਰਹੇ, ਕੀ ਪੰਜਾਬੀ ਬੰਦਾ ਪੰਜਾਬ ਆਪਣੀ ਜਨਮ ਭੂਮੀ ਨੂੰ ਛੱਡ ਕੇ ਦੌੜ ਗਿਆ, ਕਦੇ ਕਿਧਰੇ ਹੋਰ ਚਲਾ ਗਿਆ? ਨਹੀਂ, ਉਹਨੇ ਉਹਨਾਂ ਮੁਸੀਬਤਾਂ ਦਾ ਡਟ ਕੇ ਮੁਕਾਬਲਾ ਕੀਤਾ ਜੀ। ਮਤਲਬ ਸਿਕੰਦਰ ਵਰਗੇ ਜਿਹੜੇ ਹਮਲਾਵਰ ਸੀ, ਉਹਨਾਂ ਦਾ ਮੂੰਹ ਤੋੜ ਜਵਾਬ ਦਿੱਤਾ, ਅਤੇ ਅਸੀਂ ਹੁਣ ਇੰਨੇ ਕਮਜ਼ੋਰ ਕਿਉਂ ਹੋ ਗਏ ਕਿ ਅਸੀਂ ਰੋਜ਼ੀ ਰੋਟੀ ਨੂੰ ਲੈ ਕੇ ਇੰਨੇ ਚਿੰਤਿਤ ਹੋ ਗਏ ਕਿ ਅਸੀਂ ਆਪਣੀ ਆਪਣੀ ਮਾਤ ਭੂਮੀ ਨੂੰ ਛੱਡ ਕੇ, ਅਸੀਂ ਆਪਣੀ ਮਾਤ ਭਾਸ਼ਾ ਨੂੰ ਛੱਡ ਕੇ ਇੱਥੋਂ ਜਾਣ ਲੱਗ ਪਏ? ਇੱਕ ਰਣਦੀਪ, ਮੈਨੂੰ ਇਹ ਵੀ ਲੱਗਦਾ ਆ ਕਿ ਸਾਡੀਆਂ ਨਾ ਲੋੜਾਂ ਬਹੁਤੀਆਂ ਨਹੀਂ ਹੁੰਦੀਆਂ ਜੀ, ਸਾਡੀਆਂ ਇੱਛਾਵਾਂ ਦੀ ਪੂਰਤੀ ਵੀ ਕਿਸੇ ਨਾ ਕਿਸੇ ਤਰ੍ਹਾਂ ਹੋ ਜਾਂਦੀ ਹੈ। ਸਾਡਾ ਜਿਹੜਾ ਲਾਲਸਾਵਾਂ ਦਾ ਤਾਣਾ ਬਾਣਾ, ਉਹ ਇੰਨਾ ਉਲਝ ਗਿਆ ਕਿ ਅਸੀਂ ਉਹਦੇ ਮਾਇਆ ਜਾਲ 'ਚੋਂ, ਸਾਡੇ ਲਈ ਉਹਦੇ ਮਾਇਆ ਜਾਲ 'ਚੋਂ ਨਿਕਲਣਾ ਬਹੁਤ ਔਖਾ ਹੋ ਗਿਆ। ਉਹ ਕਹਿੰਦੇ ਨੇ ਕਿ ਮੈਮ ਵੀ ਜ਼ਰੂਰਤਾਂ ਹਰ ਕਿਸੇ ਦੀਆਂ ਤਕਰੀਬਨ ਪਰਮਾਤਮਾ। ਹਾਂਜੀ ਬਿਲਕੁਲ ਬਿਲਕੁਲ ਬਿਲਕੁਲ, ਇੱਛਾਵਾਂ ਰਾਜੇ ਮਹਾਰਾਜੇ ਦੀਆਂ ਵੀ ਪੂਰੀਆਂ। ਸਾਲ ਪੱਥਰ ਮੈਂ ਜਾਣ ਤੋਂ ਪਾਏ ਤਾਂ ਕਰਿ ਜਗਾ ਕੇ ਕਰਤ ਰਿਹਾ, ਹੈ ਨਾ। ਜਿਹੜਾ ਜੀਵ ਇਸ ਸ੍ਰਿਸ਼ਟੀ 'ਤੇ ਆਉਂਦਾ ਆ, ਉਹਦਾ ਰਿਜ਼ਕ ਪਰਮਾਤਮਾ ਨੇ ਦਿੱਤਾ ਹੋਇਆ ਦਿੱਤਾ ਹੋਇਆ, ਹੈ ਨਾ। ਅਤੇ ਇਹ ਸਾਰਾ ਸਾਡੀਆਂ ਲਾਲਸਾਵਾਂ ਦਾ ਤਾਣਾ ਬਣਾ, ਜਿਹਦੇ 'ਚ ਬਹੁਤ ਵੱਡਾ ਜਿਹੜਾ ਰੋਲ ਆ ਉਹ ਸੋਸ਼ਲ ਮੀਡੀਆ ਜੀ, ਕਿ ਕਿਸ ਮਤਲਬ ਕਿਸ ਤਰ੍ਹਾਂ ਜਿਹੜੀ ਸਾਡੀ ਨੌਜਵਾਨੀ ਆ ਉਹਨੂੰ ਗੁੰਮਰਾਹ ਕੀਤਾ ਜਾ ਰਿਹਾ।
ਕਿਉਂਕਿ ਮੈਮ ਬੱਚੇ ਦੇਖਦੇ ਨੇ ਇੱਕ ਵਧੀਆ ਲਾਈਫ ਸਟਾਈਲ ਹੈ ਨਾ, ਹਾਂਜੀ ਵੱਡੀਆਂ ਵੱਡੀਆਂ ਕਾਰਾਂ, ਬਿਲਕੁਲ ਬਿਲਕੁਲ ਆਲੀਸ਼ਾਨ ਘਰ ਹੈ ਨਾ, ਹਾਂਜੀ ਤੇ ਇਸੇ ਕਰਕੇ ਜੋ ਕੁਝ ਬੱਚਾ ਦੇਖ ਰਿਹਾ ਜਦੋਂ ਬਾਹਰ ਜਾਂਦਾ ਸਭ ਤੋਂ ਪਹਿਲਾਂ ਉਹੀ ਖਰੀਦਦਾ। ਹਾਂਜੀ ਬਿਲਕੁਲ ਬਿਲਕੁਲ। ਥੋੜਾ ਸਮਾਂ ਪਹਿਲਾਂ ਮੈਂ ਇਸ ਵਿਸ਼ੇ ਤੇ ਗੱਲਬਾਤ ਕੀਤੀ ਸੀ ਗੁਰਦੀਪ ਹੋਰਾਂ ਦੇ ਨਾਲ, ਹਾਂਜੀ ਤਾਂ ਮੈਨੂੰ ਉਹਨਾਂ ਦੀ ਇੱਕ ਗੱਲ ਬਹੁਤ ਚੰਗੀ ਲੱਗੀ। ਹਾਂਜੀ ਗੁਰਦੀਪ ਹੋਰੀ ਕਹਿੰਦੇ ਸੀ ਕਿ ਵੀ ਜਿਹੜੀ ਕੁੜੀ ਨੇ ਸਾਰੀ ਜ਼ਿੰਦਗੀ ਸੂਟ ਸਲਵਾਰ ਪਾਇਆ ਹੁੰਦਾ ਹੈ ਨਾ, ਉਹ ਵੀ ਜਦੋਂ ਬਾਹਰ ਜਾਂਦੀ ਹੈ ਸਭ ਤੋਂ ਪਹਿਲਾਂ ਉਹਦਾ ਪਹਿਰਾਵਾ ਦੇਖੋ। ਹਾਂਜੀ ਕਿ ਉਹ ਏਅਰਪੋਰਟ ਤੇ ਕਿਹੜੇ ਕੱਪੜੇ ਪਾ ਕੇ ਜਾਂਦੀ ਹੈ, ਮਤਲਬ ਇੰਨਾ ਲੰਬਾ ਸਮਾਂ ਉਹ ਕਿਸ ਮਾਨਸਿਕਤਾ 'ਚ ਜਿਉਂਦੀ ਰਹੀ ਹੋ। ਜੀ ਹੈ ਨਾ, ਇਹ ਵੇਖਣ ਵਾਲੀ ਗੱਲ ਆ। ਤੇ ਜਿਹੜੀ ਜ਼ਿੰਦਗੀ ਮਤਲਬ ਬਹੁਤ ਆਕਰਸ਼ਕ ਲੱਗਦੀ ਆ, ਜਿਹੜੀ ਜ਼ਿੰਦਗੀ ਸਾਨੂੰ ਬਹੁਤ ਬਹੁਤ ਵੱਡੇ ਸੁਪਨਿਆਂ ਦੀ ਧਰਤੀ ਲੱਗਦੀ ਹੈ ਨਾ, ਉਹ ਇੰਨੀ ਸੁਖਾਲੀ ਨਹੀਂ ਹੁੰਦੀ ਜੀ। ਸਾਡੀ ਜ਼ਿੰਦਗੀ ਜਿਉਣ ਲਈ ਜਿਹੜੀ ਜਿਹੜੀ ਬਹੁਤ ਜ਼ਰੂਰੀ ਚੀਜ਼ ਆ ਉਹ ਸਾਡੇ ਰਿਸ਼ਤੇ ਨਾਤੇ ਨੇ, ਸਾਡੀ ਰੂਹ ਦਾ ਰੱਜ ਆ। ਜਦੋਂ ਸਾਡੇ ਕੋਲੋਂ ਸਾਡੀ ਰੂਹ ਦਾ ਰੱਜ ਗੁਆਚ ਜਾਂਦਾ ਨਾ ਰਣਦੀਪ, ਸੱਚ ਜਾਣੋ, ਤਾਂ ਫਿਰ ਸਾਡੇ ਕੋਲ ਪਦਾਰਥਿਕ ਸੁੱਖ ਸਹੂਲਤਾਂ ਚਾਹੇ ਕਿ ਜਿੰਨੀਆਂ ਮਰਜ਼ੀ ਹੋ ਜੀ, ਹੈ ਨਾ, ਸਾਨੂੰ ਜ਼ਿੰਦਗੀ ਜਿਉਣ ਲਈ ਆਪਣੇ ਹਿੱਸੇ ਦੀ ਜ਼ਮੀਨ ਅਤੇ ਆਪਣੇ ਹਿੱਸੇ ਦਾ ਆਕਾਸ਼ ਜ਼ਰੂਰ ਚਾਹੀਦਾ ਹੁੰਦਾ ਜੀ। ਡਾਕਟਰ ਸਾਹਿਬ, ਤੁਸੀਂ ਬਹੁਤ ਹੀ ਸੰਜੀਦਾ ਵਿਸ਼ੇ ਦੇ ਬਾਰੇ 'ਚ ਸਾਡੇ ਨਾਲ ਗੱਲਬਾਤ ਇਸ ਵੇਲੇ ਕਰ ਰਹੇ ਹੋ। ਅਖੀਰ 'ਚ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹੂੰਗੀ ਕਿ ਤੁਹਾਡੇ ਕੋਲ ਨਿੱਜੀ ਅਨੁਭਵ ਵੀ ਹੈ ਵਿਦੇਸ਼ ਦੀ ਜ਼ਿੰਦਗੀ ਦਾ, ਤੁਸੀਂ ਇੱਥੇ ਵੀ ਨੌਕਰੀ ਪੇਸ਼ਾ ਹੋ, ਹਾਂਜੀ, ਉਸ ਅਨੁਭਵ ਦੇ ਆਧਾਰ 'ਤੇ ਤੁਸੀਂ ਸਾਡੀਆਂ ਬੱਚੀਆਂ ਨੂੰ ਕੀ ਰਾਏ ਦੇਣੀ ਚਾਹੋਗੇ? ਰਣਦੀਪ, ਬਹੁਤ ਜ਼ਰੂਰੀ ਗੱਲ ਇਹ ਆ ਕਿ ਜੇ ਤੁਸੀਂ ਉੱਥੇ ਜਾਣਾ ਵੀ ਹੈ ਨਾ, ਤਾਂ ਤੁਸੀਂ ਆਪਣੀ ਐਜੂਕੇਸ਼ਨ ਪੂਰੀ ਕਰਕੇ ਜਾਓ ਜੀ। ਉੱਥੇ ਸਕਿੱਲਡ ਲੇਬਰ ਨੇ ਜਿਹੜੇ ਹੈਗੇ, ਤਾਂ ਆਪਾਂ ਉਹਨਾਂ ਨੂੰ ਜ਼ਰੂਰਤ ਹੈ ਆਪਣੀ, ਹੈ ਨਾ, ਕਿਉਂਕਿ ਇੱਕ ਖਾਸ ਕਿਸਮ ਦੀ ਜਿਹੜੀ ਸਾਮਰਾਜੀ ਨੀਤੀਆਂ ਨੇ, ਅਸੀਂ ਸਾਰੇ ਵਾਕਿਫ ਹਾਂ ਕਿ ਉਹਨਾਂ ਨੂੰ ਸਾਡੀ ਜ਼ਰੂਰਤ ਆ। ਪਰ ਤੁਸੀਂ ਘੱਟੋ ਘੱਟ ਇੱਥੋਂ ਆਪਣੀ, ਜਿਵੇਂ ਹੁਣ ਬਹੁਤ ਸਾਰੇ ਹਾਰਟ ਸਪੈਸ਼ਲਿਸਟ ਨੇ ਜਿਹੜੇ ਇੰਡੀਆ ਨਾਲ ਸੰਬੰਧ ਰੱਖਦੇ, ਹੈ ਨਾ, ਸਾਡੇ ਕੋਲ ਬਹੁਤ ਵਧੀਆ ਸਾਇੰਟਿਸਟ ਨੇ, ਸਾਡੇ ਕੋਲ ਬਹੁਤ ਵਧੀਆ ਮੈਥਮੈਟੀਸ਼ੀਅਨਸ ਨੇ, ਹੈ ਨਾ, ਸਾਡੇ ਕੋਲ ਸਕਿੱਲਡ ਲੇਬਰ ਹੋ ਸਕਦੀ ਆ ਜਿਹੜੀ ਵੱਖ ਵੱਖ ਕੰਮਾਂ 'ਚ ਮੁਹਾਰਤ ਰੱਖਦੀ ਹੋ। ਪਹਿਲੀ ਗੱਲ ਤਾਂ ਇਹ ਆ ਕਿ ਸਾਨੂੰ ਆਪਣੇ ਦੇਸ਼ 'ਚ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਚਾਹੀਦੇ ਨੇ। ਇੱਕ ਮਤਲਬ ਬਹੁਤ ਸਹਿਜ ਵਰਤਾਰਾ ਆ ਕਿ ਅਸੀਂ ਸਾਰਾ ਦੋਸ਼ ਆ ਜਿਹੜਾ ਉਹ ਸਰਕਾਰਾਂ ਸਿਰ ਮੜਦੇ ਹਾਂ ਜੀ। ਸਾਡੀਆਂ ਸਰਕਾਰਾਂ ਜ਼ਿੰਮੇਵਾਰ ਵੀ ਜ਼ਰੂਰ ਹੋਣਗੀਆਂ, ਪਰ ਮੈਨੂੰ ਇਹ ਲੱਗਦਾ ਕਿ ਇੱਕ ਜ਼ਿੰਮੇਵਾਰੀ ਸ਼ਹਿਰੀ ਹੋਣ ਦੇ ਨਾਤੇ, ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ, ਸਾਡਾ ਵੀ ਕੁਝ ਨਾ ਕੁਝ ਫਰਜ਼ ਜ਼ਰੂਰ ਬਣਦਾ ਹੈ ਕਿ ਅਸੀਂ ਕੁਝ ਨਾ ਕੁਝ ਅਜਿਹਾ ਕਰੀਏ ਜਿਹਦੇ ਨਾਲ ਡਾਵਾਂ ਡੋਲ ਹੋਇਆ ਪੰਜਾਬ, ਸਾਡਾ ਰੰਗਲਾ ਪੰਜਾਬ, ਗੁਰਾਂ ਦੇ ਨਾਂ 'ਤੇ ਜਿਉਂਦਾ ਪੰਜਾਬ ਮੁੜ ਆਪਣੇ ਪੈਰਾਂ 'ਤੇ ਖੜਾ ਹੋ ਸੁਰਜੀਤ ਹੋ ਜਾਏ। ਹਾਂਜੀ ਹਾਂਜੀ ਜੀ। ਡਾਕਟਰ ਸਾਹਿਬ, ਤੁਸੀਂ ਬਹੁਤ ਸੰਜੀਦਾ ਵਿਸ਼ੇ ਬਾਰੇ ਸਾਡੇ ਨਾਲ ਗੱਲਬਾਤ ਕੀਤੀ, ਸਾਨੂੰ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਦਿਓ ਇਜਾਜ਼ਤ।